ਕੀ ਫੈਸਲਾ ਅੱਜ ਕਰਨਾ ਜਿਹੜਾ ਤੁਸੀਂ ਇੱਥੇ ਆਏ ਹੋ? ਇਹਨਾਂ ਨੂੰ ਕੀ ਪੁੱਛਦੇ? ਮੈਨੂੰ ਪੁੱਛੋ, ਪਾਸਪੋਰਟ ਲੈ ਕੇ ਜਾਣਾ, ਬਥੇਰੇ ਟਾਲੇ ਲਾ ਲਏ ਇਹਨਾਂ ਨੇ। ਤੁਸੀਂ ਵੇਖਣਾ ਕੁੜੀ ਬਦਲੀ ਨਹੀਂ ਬਿਲਕੁਲ ਵੀ, ਜਿਹਨੂੰ ਕਹਿੰਦੇ ਹੁੰਦੇ ਆ ਧੌਣ ਚ ਕਿੱਲਾ, ਇਹ ਹੁੰਦਾ ਧੌਣ ਚ ਕਿੱਲਾ। ਸਰਪੰਚ ਸਾਹਿਬ ਦੀ ਬੋਲੀ, ਕੁੜੀ ਦੀ ਬੋਲੀ ਦੇਖ ਲਈ ਦੁਬਾਰਾ ਤੁਸੀਂ? ਅੱਜ ਮੈਂ ਮਨ ਬਣਾ ਕੇ ਆਇਆ ਸੀ ਪਹਿਲਾਂ ਕਿ ਅੱਜ ਨਵੇੜਾ ਚਲੋ ਕਿਸੇ ਪੋਜ਼ਿਟਿਵ ਤਰੀਕੇ ਨਾਲ ਕਰਾਂਗੇ, ਪਰ ਜਿਹੜੇ ਤਰੀਕੇ ਨਾਲ ਇਹ ਬੋਲੇ ਆ ਇਹਨਾਂ ਦੇ ਵਿਊ ਲੈ ਲਓ, ਫਿਰ ਉਹਵੇਂ ਨਿਬੜ ਲਾਂਗੇ। ਕੋਈ ਗੱਲ ਨਹੀਂ, ਜਿਵੇਂ ਇਹ ਤੁਸੀਂ ਨਿਬੜ ਲਿਓ, ਕੋਈ ਗੱਲ ਨਹੀਂ। ਇੱਕ ਮਿੰਟ ਕੁੜੀਏ, ਜਦੋਂ ਗੱਲ ਤੁਸੀਂ ਰੋਕ ਕੇ ਰੱਖੋ ਕੁੜੀ ਨੂੰ, ਇਹ ਗਲਤ ਗੱਲ ਆ। ਹਰ ਵਾਰ ਇਹ ਨਹੀਂ, ਇਹ ਬੋਲਦੇ ਵਾਲੀ ਗੱਲ ਨਹੀਂ। 2 ਮਿੰਟ ਤੁਸੀਂ ਗੱਲ ਸੁਣੋ, ਤੁਸੀਂ ਜੀ ਤੁਸੀਂ ਸਭ ਦੇ ਸਾਂਝੇ ਆ, ਸਾਂਝੇ ਬੰਦੇ ਨੇ। ਮੈਂ ਜਾਂ ਸਾਡੇ ਇਹਨਾਂ ਨੇ ਕੀ ਬੋਲਿਆ, ਮੈਂ ਕੀ ਬੋਲਿਆ, ਉਹਨਾਂ ਨੇ ਪਾਕਿਸਤਾਨ ਦੀਆਂ ਤੋਪਾਂ। ਤੁਸੀਂ ਰੌਂਗ ਨਾ ਬੋਲੋ, ਇਹ ਗੱਲ ਕੈਮਰੇ ਤੇ ਜਾਂਦੀ ਆ ਸਾਰੀ। ਉਹਨਾਂ ਨੇ ਜਦੋਂ ਰੌਂਗ ਬੋਲਣਗੇ, ਤੁਹਾਡੇ ਵਾਂਗ ਬੋਲਣਗੇ, ਉਦੋਂ ਮੈਂ ਕਹਾਂਗਾ। ਮੈਂ ਵੇਖੋ, ਸਾਡੇ ਚੈਨਲ ਦੀ ਹਮੇਸ਼ਾ ਸਿਫਤ ਰਹੀ ਆ, ਅਸੀਂ ਸੱਚ ਵਿਖਾਉਣੇ, ਕੋਈ ਫਾਲਤੂ ਗੱਲ ਨਹੀਂ ਕਰਦੇ। ਪਰ ਇਸ ਤਰੀਕੇ ਨਾਲ ਤੁਸੀਂ ਪਾਸਪੋਰਟ ਲੈਣਾ ਹੈ ਨਾ, ਪੈਸੇ ਉਹਨਾਂ ਨੇ ਲਾਏ ਆ ਨਾ, ਥੋੜਾ ਜਿਹਾ ਹਲੀਮੀ ਨਾਲ ਗੱਲ ਕਰੋ ਨਾ ਤੁਸੀਂ। ਪੱਤਰਕਾਰ ਸਾਹਿਬ ਦੇਖੋ, ਮੈਂ ਕੀ ਕਿਹਾ, ਮੈਂ ਕਿਹਾ ਨਾ ਅਸੀਂ ਪਾਸਪੋਰਟ ਲੈ ਕੇ ਜਾਵਾਂਗੇ, ਜੇ ਨਹੀਂ ਦੇਣਗੇ ਫਿਰ ਅਸੀਂ ਕੋਈ ਕਾਨੂੰਨੀ ਰਾਹ ਅਪਣਾਵਾਂਗੇ, ਇਹੀ ਗੱਲ ਕਹੀ ਹੈ ਨਾ। ਮਾਮਲਾ ਜਿਹੜਾ ਸੀਗਾ, ਕੁੜੀ ਦਾ ਪਾਸਪੋਰਟ ਸਹੁਰਿਆਂ ਨੇ ਲਕੋਲਿਆ ਸੀ, ਕੁੜੀ ਨੇ 25 ਲੱਖ ਲਵਾ ਕੇ ਮੁੱਕਰ ਗਈ ਸੀਗੀ ਪਾਸਪੋਰਟ। ਸਾਰਿਆਂ ਨੇ ਰਾਇ ਦਿੱਤੀ ਸੀ, ਕਮੈਂਟਾਂ 'ਚ ਫੋਨ ਬਹੁਤ ਆਏ, ਮੈਸੇਜ ਆਏ ਕਿ ਜਿਹੜੀ ਕੁੜੀ ਨੂੰ ਪਾਸਪੋਰਟ ਨਾ ਦਿੱਤਾ ਜਾਵੇ। ਕੀ ਆ ਪੰਚਾਇਤ ਦੀ ਰਣਨੀਤੀ, ਇਹ ਪੰਚਾਇਤ ਨੇ ਦਵਾਇਆ ਕੀ ਆ ਮਾਮਲਾ? ਅੱਜ ਫੈਸਲੇ ਦੀ ਘੜੀ ਆ ਅਤੇ ਫੈਸਲਾ ਅੱਜ ਹੋ ਜਾਣਾ ਗਾ। ਕੀ ਕੁੜੀ ਦੇ ਪਰਿਵਾਰ ਦਾ ਕਹਿਣਾ, ਕੀ ਮੁੰਡੇ ਦੇ ਪਰਿਵਾਰ ਦਾ, ਅਤੇ ਦੋਨੇ ਪਿੰਡਾਂ ਦੀਆਂ ਅੱਜ ਪੰਚਾਇਤਾਂ, ਦੋਨੇ ਸਰਪੰਚ ਖੜ੍ਹੇ ਆ, ਪੂਰਾ ਮਾਮਲਾ ਤੁਹਾਡੇ ਸਾਹਮਣੇ ਲਿਆਂਦਾ ਗਾ। ਆਪਾਂ ਪਹਿਲਾਂ ਗੱਲਬਾਤ ਕਰਾਂਗੇ ਕੁੜੀ ਦੇ ਪਰਿਵਾਰ ਨਾਲ, ਕਿਉਂਕਿ ਕੁੜੀ ਹੀ ਕੈਨੇਡਾ ਤੋਂ ਜਿਹੜੀ ਵਾਪਸ ਆਈ ਆ। ਕੀ ਅੱਜ ਇਹ ਫੈਸਲਾ ਜਿਹੜਾ ਇੱਥੇ ਲੈ ਕੇ ਆਏ? ਸਤਿ ਸ਼੍ਰੀ ਅਕਾਲ ਜੀ। ਕੀ ਫੈਸਲਾ ਅੱਜ ਕਰਨਾ ਜਿਹੜਾ ਤੁਸੀਂ ਇੱਥੇ ਆਏ ਹੋ? ਇਹਨਾਂ ਨੂੰ ਕੀ ਪੁੱਛਦੇ? ਮੈਨੂੰ ਪੁੱਛੋ, ਪਾਸਪੋਰਟ ਲੈ ਕੇ ਜਾਣਾ, ਬਥੇਰੇ ਟਾਲੇ ਲਾ ਲਏ ਇਹਨਾਂ ਨੇ। ਤੁਸੀਂ ਵੇਖਣਾ ਕੁੜੀ ਬਦਲੀ ਨਹੀਂ ਬਿਲਕੁਲ ਵੀ, ਜਿਹਨੂੰ ਕਹਿੰਦੇ ਹੁੰਦੇ ਆ ਧੌਣ 'ਚ ਕਿੱਲਾ, ਇਹ ਹੁੰਦਾ ਧੌਣ 'ਚ ਕਿੱਲਾ। ਤੁਸੀਂ, ਮੈਂ ਪਹਿਲਾਂ ਇਹਨਾਂ ਨੂੰ ਸਵਾਲ ਪੁੱਛਿਆ, ਇਹੀ ਪਾਸਪੋਰਟ ਲੈਣਾ ਹੈ? ਹਾਂਜੀ, ਪਾਸਪੋਰਟ ਲੈਣਾ। ਕਿਹੜੇ ਹਿਸਾਬ ਨਾਲ ਪਾਸਪੋਰਟ ਲੈਣੇ ਹੋ? ਕਿਹਦੇ ਨੇ ਫੈਸਲਾ ਕੀਤਾ ਹੈ? ਕਰ ਦੇਣਗੇ, ਪੰਚਾਇਤ ਕਰੂਗੀ। ਪੰਚਾਇਤ ਕਰੂਗੀ, ਇਹਨਾਂ ਦਾ ਕਹਿਣਾ ਅਸੀਂ ਪਾਸਪੋਰਟ ਲੈ ਕੇ ਜਾਵਾਂਗੇ, ਪੰਚਾਇਤ ਫੈਸਲਾ ਕਰੂਗੀ। ਪਹਿਲਾਂ ਮੈਂ ਇਹਨਾਂ ਦੇ ਸਰਪੰਚ ਨੂੰ ਗੱਲ ਪੁੱਛੂੰਗਾ। ਸਤਿ ਸ਼੍ਰੀ ਅਕਾਲ ਸਰਪੰਚ। ਸਤਿ ਸ਼੍ਰੀ ਅਕਾਲ ਜੀ। ਕੀ ਫੈਸਲਾ ਕਰਕੇ ਆਏ ਹੋ? ਫੈਸਲਾ ਕਰਕੇ ਨਹੀਂ ਆਏ, ਅਸੀਂ ਫੈਸਲਾ ਕਰਾਉਣ ਆਏ ਹਾਂ, ਕਿਉਂਕਿ ਪਿਛਲੀ ਵਾਰ ਜਦੋਂ ਅਸੀਂ ਆਏ ਸੀ ਉਦੋਂ ਇਹਨਾਂ ਦੇ ਸਰਪੰਚ ਸਾਹਿਬ ਹੈ ਨਹੀਂ ਸੀਗੇ। ਅੱਜ ਰਲ ਮਿਲ ਕੇ ਅਸੀਂ ਫੈਸਲਾ ਕਰਾਂਗੇ, ਪਰ ਸਾਡੀ ਇਹ ਪਾਸਪੋਰਟ ਅਸੀਂ ਹਰ ਹੱਥ 'ਚ ਲੈ ਕੇ ਜਾਣਾ ਇੱਥੋਂ। ਹਰ ਹਾਲਤ ਪਾਸਪੋਰਟ ਲੈ ਕੇ ਜਾਣਾ, ਪਰ ਕਿਹੜੇ ਆਧਾਰਤ 'ਤੇ? ਕੋਈ ਗੱਲ ਹੋਈ ਪੰਚਾਇਤ ਨਾਲ ਪਹਿਲਾਂ? ਤੁਹਾਡੀ ਰਣਨੀਤੀ ਕੋਈ ਹੋਈ ਆ ਹੁਣ? ਨਹੀਂ, ਹਜੇ ਤੱਕ ਨਹੀਂ ਹੋਈ, ਹੁਣ ਗੱਲਬਾਤ ਤੁਹਾਡੇ ਸਾਹਮਣੇ ਕਰਾਂਗੇ ਸਾਰੀ ਕੁਛ ਜੀ, ਸਾਰੀ ਗੱਲਬਾਤ ਕਰਾਂਗੇ। ਸਾਨੂੰ ਵੀ ਪਤਾ ਵੀ ਪਾਸਪੋਰਟ ਇਹ ਰੱਖ ਨਹੀਂ ਸਕਦੇ ਗੇ, ਪਾਸਪੋਰਟ ਕਿਸੇ ਦਾ ਵੀ ਇੱਕ ਸੰਵਿਧਾਨਿਕ ਪੇਪਰ ਹੈ, ਠੀਕ ਹੈ ਨਾ, ਉਹਨੂੰ ਇਹ ਕਿਵੇਂ ਰੱਖ ਲੈਣਗੇ ਜੀ? ਉਸੇ ਆਧਾਰ 'ਤੇ ਇਹਨਾਂ ਨਾਲ ਗੱਲਬਾਤ ਕਰਾਂਗੇ, ਜੇ ਤਾਂ ਸਹੀ ਢੰਗ ਨਾਲ ਮੰਨਦੇ ਹੈ, ਠੀਕ ਹੈ, ਨਹੀਂ ਅਸੀਂ ਹੋਰ ਢੰਗ ਅਪਣਾਵਾਂਗੇ, ਕੋਈ ਕਾਨੂੰਨੀ ਕਾਰਵਾਈ ਕਰਵਾਵਾਂਗੇ, ਉਹਦੇ ਨਾਲ ਪਾਸਪੋਰਟ ਲੈ ਕੇ ਜਾਵਾਂਗੇ। ਕੁੜੀ ਦੇ ਪਿੰਡ ਦੀ ਪੰਚਾਇਤ ਦਾ ਫੈਸਲਾ ਕਿ ਇਹ ਕਾਨੂੰਨੀ ਤੌਰ 'ਤੇ ਗਲਤ ਹੈ, ਇਹਨਾਂ ਨੇ ਪਾਸਪੋਰਟ ਰੱਖਿਆ। ਪਹਿਲਾਂ ਮੈਂ ਸਰਪੰਚ ਸਾਹਿਬ ਨਾਲ ਗੱਲ ਕਰੂੰ। ਸਤਿ ਸ਼੍ਰੀ ਅਕਾਲ ਸਰਪੰਚ। ਸਤਿ ਸ਼੍ਰੀ ਅਕਾਲ। ਕੀ ਕਹਿਣਾ ਚਾਹੋਗੇ ਅੱਜ ਕੁੜੀ ਦੀ ਪੰਚਾਇਤ ਜਿਹੜੀ ਇੱਥੇ ਪਿੰਡ ਕੁੜੀ ਦਾ ਪਰਿਵਾਰ ਪਹੁੰਚਿਆ, ਕੀ ਕਹਿਣਾ ਤੁਸੀਂ? ਕੁੜੀ ਦੀ ਪੰਚਾਇਤ ਤਾਂ ਜਿਵੇਂ ਪਾਕਿਸਤਾਨ ਦੇ ਬਾਰਡਰ 'ਤੇ ਤੋਪਾਂ ਲੈ ਕੇ ਆਈ ਹੁੰਦੀ। ਸਰਪੰਚ ਸਾਹਿਬ ਦੀ ਬੋਲੀ, ਕੁੜੀ ਦੀ ਬੋਲੀ ਦੇਖ ਲਈ ਦੁਬਾਰਾ ਤੁਸੀਂ। ਅੱਜ ਮੈਂ ਮਨ ਬਣਾ ਕੇ ਆਇਆ ਸੀ ਪਹਿਲਾਂ ਕਿ ਅੱਜ ਨਵੇੜਾ ਚਲੋ ਕਿਸੇ ਪੋਜ਼ਿਟਿਵ ਤਰੀਕੇ ਨਾਲ ਕਰਾਂਗੇ, ਪਰ ਜਿਹੜੇ ਤਰੀਕੇ ਨਾਲ ਇਹ ਬੋਲੇ ਆ ਇਹਨਾਂ ਦੇ ਵਿਊ ਲੈ ਲਓ, ਫਿਰ ਉਹਵੇਂ ਨਿਬੜ ਲਾਂਗੇ। ਕੋਈ ਗੱਲ ਨਹੀਂ, ਜਿਵੇਂ ਇਹ ਤੁਸੀਂ ਨਿਬੜ ਲਿਓ, ਕੋਈ ਗੱਲ ਨਹੀਂ। ਇੱਕ ਮਿੰਟ ਕੁੜੀਏ, ਜਦੋਂ ਗੱਲ ਤੁਸੀਂ ਰੋਕ ਕੇ ਰੱਖੋ ਕੁੜੀ ਨੂੰ, ਇਹ ਗਲਤ ਗੱਲ ਆ। ਹਰ ਵਾਰ ਇਹ ਨਹੀਂ, ਇਹ ਬੋਲਦੇ ਵਾਲੀ ਗੱਲ ਨਹੀਂ। 2 ਮਿੰਟ ਤੁਸੀਂ ਗੱਲ ਸੁਣੋ, ਤੁਸੀਂ ਜੀ ਤੁਸੀਂ ਸਭ ਦੇ ਸਾਂਝੇ ਆ, ਸਾਂਝੇ ਬੰਦੇ ਨੇ। ਮੈਂ ਜਾਂ ਸਾਡੇ ਇਹਨਾਂ ਨੇ ਕੀ ਬੋਲਿਆ, ਮੈਂ ਕੀ ਬੋਲਿਆ, ਉਹਨਾਂ ਨੇ ਪਾਕਿਸਤਾਨ ਦੀਆਂ ਤੋਪਾਂ। ਤੁਸੀਂ ਰੌਂਗ ਨਾ ਬੋਲੋ, ਇਹ ਗੱਲ ਕੈਮਰੇ ਤੇ ਜਾਂਦੀ ਆ ਸਾਰੀ। ਉਹਨਾਂ ਨੇ ਜਦੋਂ ਰੌਂਗ ਬੋਲਣਗੇ, ਤੁਹਾਡੇ ਵਾਂਗ ਬੋਲਣਗੇ, ਉਦੋਂ ਮੈਂ ਕਹਾਂਗਾ। ਮੈਂ ਵੇਖੋ, ਸਾਡੇ ਚੈਨਲ ਦੀ ਹਮੇਸ਼ਾ ਸਿਫਤ ਰਹੀ ਆ, ਅਸੀਂ ਸੱਚ ਵਿਖਾਉਣੇ, ਕੋਈ ਫਾਲਤੂ ਗੱਲ ਨਹੀਂ ਕਰਦੇ। ਪਰ ਇਸ ਤਰੀਕੇ ਨਾਲ ਤੁਸੀਂ ਪਾਸਪੋਰਟ ਲੈਣਾ ਹੈ ਨਾ, ਪੈਸੇ ਉਹਨਾਂ ਨੇ ਲਾਏ ਆ ਨਾ, ਥੋੜਾ ਜਿਹਾ ਹਲੀਮੀ ਨਾਲ ਗੱਲ ਕਰੋ ਨਾ ਤੁਸੀਂ। ਪੱਤਰਕਾਰ ਸਾਹਿਬ ਦੇਖੋ, ਮੈਂ ਕੀ ਕਿਹਾ, ਮੈਂ ਕਿਹਾ ਨਾ ਅਸੀਂ ਪਾਸਪੋਰਟ ਲੈ ਕੇ ਜਾਵਾਂਗੇ, ਜੇ ਨਹੀਂ ਦੇਣਗੇ ਫਿਰ ਅਸੀਂ ਕੋਈ ਕਾਨੂੰਨੀ ਰਾਹ ਅਪਣਾਵਾਂਗੇ, ਇਹੀ ਗੱਲ ਕਹੀ ਹੈ ਨਾ। ਤੇ ਉਹਨਾਂ ਨੇ ਕਹਿੰਦਾ ਪਾਕਿਸਤਾਨ ਦੀਆਂ ਤੋਪਾਂ ਲੈ ਕੇ, ਕਿਹੜੀ ਸਾਡੇ ਨਾਲ ਕੀ ਕਹੋਗੇ ਸਰਪੰਚ ਸਾਹਿਬ? ਇਹ ਸ਼ਬਦ ਕਿਹੜੇ ਕੁੜੀ ਕਿਹੜੇ ਹਿਸਾਬ ਨਾਲ ਬੋਲੀ ਸੀ? ਨਹੀਂ ਵੇਖੋ, ਤੁਹਾਨੂੰ ਕੋਈ ਉਹਦੇ ਮਜ਼ਾਕ 'ਚ ਫਰਕ ਲੱਗੇ, ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ, ਨਹੀਂ ਤੇ ਕੈਮਰਾ ਬੰਦ ਕਰ ਦੇਣਾ, ਤੁਹਾਡਾ ਫੈਸਲਾ ਇੱਥੇ ਹੀ ਰਹਿ ਜਾਣਾ। ਜੇ ਗੱਲ ਕਰਨੀ ਆ ਤਾਂ ਤਲੀਮ ਦੇ ਨਾਲ ਕਰੋ, ਕੈਮਰਾ ਚੱਲ ਲਿਆ, ਕਿਉਂਕਿ ਲੋਕਾਂ ਦੇ ਵਿੱਚ ਇਹ ਫੈਸਲਾ ਹੋਣਾ।
जेड़े लोगों ने कमेंट किए पासपोर्ट नहीं देना चाहिए पर ये ठाण के या पासपोर्ट लेना थोनू पता ना तो मैं इन्हों का पक्षपात करना ना इन्हों का ना इन्हों तो पैसे लाया ना इन्हों का पक्षपात कर ठीक है जिन्नी बारी भी निबेड़ा होना आया तुसी मुंडे वाला दा पक्ष नहीं कीता तुसी साडी साइड दी तां गल ही नहीं करदे की लै सकदे पैसे ए गल कुड़ी दी कहना भी तू पक्षपात करदा मैनूं एक गल दस दिओ जे थोड़े पैसे लगे हुंदे थोड़े पैसे इन्हां ते लाए हुंदे ते ए पैसे मुकरदे थोड़ा हाल की होना सी इन्हां ने करया ही साडे नाल सौदा सी सौदा ही कीता सी तुसी सौदा दा इन्हां ने एक मिंट गल सुन लो ਜਿੱਦਾਂ ਅਸੀਂ ਰਸਤਾ ਲੈ ਕੇ ਆਏ ਆ ਉਦੋਂ ਸਿਰਫ ਮੁੰਡਾ ਹੀ ਬਾਹਰ ਘੱਲਣਾ ਸਾਡਾ ਕੁਛ ਨਹੀਂ ਇਹਨਾਂ ਨੇ ਵੇਖਿਆਗਾ ਇਹ ਗੱਲ ਹੋਈ ਆ ਮਾਤਾ ਕਹੀ ਇਹ ਗੱਲ ਵੀ ਸਿਰਫ ਮੁੰਡਾ ਬਾਹਰ ਭੇਜਣਾ ਹੋਰ ਕੁਛ ਨਹੀਂ ਨਹੀਂ ਤਾਂ ਮੁੰਡਾ ਬਾਹਰ ਭੇਜਦਾ ਮੈਨੂੰ ਇੱਕ ਗੱਲ ਦੱਸੋ ਪਹਿਲੀ ਗੱਲ ਤਾਂ ਮੈਂ ਇਹ ਗੱਲਾਂ ਕਰਨੀਆਂ ਨਹੀਂ ਚਾਹੁੰਦਾ ਕਿਉਂਕਿ ਪੰਚਾਇਤੀ ਸੈਂਸ ਇਹਨਾਂ ਨੂੰ ਸੈਂਸ ਹੀ ਨਹੀਂ ਹੈਗਾ ਪੰਚਾਇਤ ਦੇ ਮਤਲਬ ਕੀ ਹੁੰਦੇ ਆ ਠੀਕ ਹੈ ਮੈਂ ਬੜੇ ਅੱਜ ਵਧੀਆ ਮੂਡ ਦੇ ਵਿੱਚ ਆਇਆ ਸੀਗਾ ਪਰ ਇਹਨਾਂ ਦਾ ਮੈਂ ਹੁਣ ਮੈਨੂੰ ਦੱਸਣਾ ਪਊਗਾ ਇੱਕ ਮਿੰਟ ਚੁੱਪ ਰਹੋ ਇੱਕ ਮਿੰਟ ਸਰ ਇੱਕ ਮਿੰਟ ਪਹਿਲਾਂ ਗੱਲ ਗੱਲ ਪੂਰੀ ਹੋ ਲੈਣ ਦਿਓ ਗੱਲ ਆਪਣੀ ਰੱਖ ਲੈ ਮੇਰੀ ਗੱਲ ਸੁਣੋ ਜਿੱਦਣ ਇਹਨਾਂ ਦਾ ਰਿਸ਼ਤਾ ਜੁੜਦਾ ਸੀ ਨਾ ਉਦੋਂ ਇਹ ਸਰਦਾਰ ਜੀ ਦੇ ਅੱਡ ਦਾ ਕੁੜਤਾ ਅੱਡ ਦਾ ਪਜਾਮਾ ਤੇ ਕੈਂਚੀ ਚੱਪਲ ਪਾਈ ਹੁੰਦੀ ਸੀ ਨਾਲ ਆਹ ਕੁੜੀ ਦੇ ਚਾਰ ਉਂਗਲਾਂ ਉੱਚੀ ਸਲਵਾਰ ਪਾਈ ਹੁੰਦੀ ਸੀਗੀ ਅੱਜ ਇਹਨਾਂ ਦੀਆਂ ਡਰੈਸਾਂ ਵੇਖਿਓ ਇਹਨਾਂ ਦੇ ਕੱਪੜੇ ਵੇਖੋ ਰੋਲ ਕੇ ਰੱਖਦੇ ਅਗਲੇ ਜਿਹੜੇ ਹਿਸਾਬ ਨਾਲ ਇਹ ਬੋਲਦੇ ਆ ਉਸੇ ਹਿਸਾਬ ਨਾਲ ਹੀ ਨਿਬੜ ਲੈ ਕੋਈ ਗੱਲ ਨਹੀਂ ਪੁੱਛੋ ਕੀ ਚਾਹੁੰਦੇ ਆ ਵੇਖੋ ਮੈਂ ਇਹ ਗੱਲ ਕਹਿਣੀ ਚਾਹਣਾ ਇੱਥੇ ਆਉਣ ਕੈਮਰਾ ਕਹਿ ਦੇਣਾ ਕਿ ਜੇ ਤੁਸੀਂ ਇਸੇ ਵਿਵਾਦ 'ਚ ਰਹਿਣਾ ਇਹ ਗੱਲਾਂ ਇਦੋਂ ਪਹਿਲਾਂ ਦੋ ਵਾਰ ਵੀਡੀਓ ਆ ਚੁੱਕੀ ਆ ਫੈਸਲਾ ਕੋਈ ਨਹੀਂ ਹੋਇਆ ਅੱਜ ਮੈਂ ਕਿਹਾ ਕਿਉਂਕਿ ਕੱਲ ਮੈਂ ਪੋਸਟੇ ਪਾਤੀ ਸੀ ਵੀ ਕੱਲ ਫੈਸਲਾ ਹੋਊਗਾ ਵੇਖੋ ਇੱਥੇ ਜਿੱਦਬਾਜ਼ੀ ਨਹੀਂ ਪੰਚਾਇਤ ਨੂੰ ਕਿਹਾ ਜਾਂਦਾ ਹੁੰਦਾ ਰੱਬ ਦੀ ਰੂਪ ਠੀਕ ਆ ਜੇ ਇਹ ਆਪਸ ਵਿੱਚ ਜਿੱਦੀ ਜਾਣਗੇ ਤੇ ਇਹ ਪਰਿਵਾਰ ਦਾ ਹੌਸਲਾ ਪਹਿਲਾਂ ਹੀ ਟੁੱਟਿਆ ਜਮਾਂ ਟੁੱਟ ਜੂ ਇਹਨਾਂ ਨੂੰ ਹੋ ਸਕਦਾ ਘਮੰਡ ਕਿਤੇ ਨਾ ਕਿਤੇ ਪੈਸੇ ਦਾ ਹੋਵੇ ਡਾਲਰਾਂ ਦਾ ਹੋਵੇ ਪਰ ਇਹ ਚੀਜ਼ ਨਹੀਂ ਹੋਗੀ ਇਹ ਠੀਕ ਆ ਆਪਦੀ ਜਗ੍ਹਾ ਤੇ ਸਹੀ ਆ ਕਾਨੂੰਨੀ ਕਾਰਵਾਈ ਕਰਨ ਜੀ ਸਦਕੇ ਕਰਨ ਪਰ ਇਸ ਤਰੀਕੇ ਨਾਲ ਤੁਹਾਨੂੰ ਲੱਗਦਾ ਵੀ ਤੁਸੀਂ ਫੈਸਲਾ ਕਰਾ ਦਿਓਗੇ ਫੈਸਲਾ ਨਹੀਂ ਪਰ ਬਹੁਤ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਪੱਤਰਕਾਰ ਵੀਰ ਮੈਂ ਕਹਿਣਾ ਚਾਹਣਾ ਭਰਾ ਠੀਕ ਆ ਤੁਸੀਂ ਬੜੇ ਵਧੀਆ ਤਰੀਕੇ ਨਾਲ ਪੱਖ ਰੱਖਿਆ ਪਿਛਲੇ ਦੋ ਵਾਰੀ ਇੱਕ ਮੌਕਾ ਦਿੱਤਾ ਸੀ ਪਹਿਲੀ ਪੰਚਾਇਤ ਦੇ ਵਿੱਚ ਮੈਂ ਸੀਗਾ ਲੜਕੇ ਵਾਲਾ ਪਰਿਵਾਰ ਸੀ ਕੁੜੀ ਤੇ ਦਾ ਬਾਪ ਆਏ ਸੀ ਨਾਲ ਇਹਨਾਂ ਦੇ ਮੋਤਬਰ ਨੂੰ ਦੇਖ ਦੋ ਆਏ ਸੀਗੇ ਸਾਨੂੰ ਲੱਗਿਆ ਕਿ ਹਾਂ ਹਾਲੇ ਗੱਲ ਲਮਕੂਗੀ ਇਹਨਾਂ ਨੂੰ ਇੱਕ ਮੌਕਾ ਦਿੱਤਾ ਸੀ ਮੇਰੇ ਵੀ ਆਪਣੇ ਰੁਝੇਵੇਂ ਸੀ ਜਦੋਂ ਦੂਜੀ ਵਾਰ ਗੱਲ ਹੋਈ ਤਾਂ ਇਹਨਾਂ ਦੇ ਸਰਪੰਚ ਸਾਹਿਬ ਖੜੇ ਮੇਰੇ ਸਰਕਾਰੀ ਹੋ ਗਿਆ ਠੀਕ ਹੈ ਅਸੀਂ ਵਿਚਰਦੇ ਹਾਂ ਇੱਕ ਦੂਜੇ ਨਾਲ ਇਹ ਖੜੇ ਆ ਇਹਨਾਂ ਨੂੰ ਮੌਕਾ ਦਿੱਤਾ ਮੈਂ ਐਬਸੈਂਟ ਰਿਹਾ ਕਿ ਮੈਨੂੰ ਪਤਾ ਸੀ ਦੂਜੀ ਵਾਰ ਦੇ ਵਿੱਚ ਨਿਬੜਨਾ ਕੁਛ ਨਹੀਂ ਪਰ ਇੱਕ ਦੇਖੋ ਤੁਸੀਂ ਮੈਂ ਡਰੈਸ ਸੈਂਸ ਦੀ ਗੱਲ ਤਾਂ ਕੀਤੀ ਸੀ ਇੱਧਰ ਦੇਖੋ ਵਿਚਾਰੀ ਦੀ ਨਿਗਾਹ ਜਿਹੜੀ ਹੈ ਨਾ ਰੋ ਰੋ ਕੇ ਆ ਡੇਢ ਨੰਬਰ ਦੋ ਨੰਬਰ ਦੀ ਐਨਕ ਲੱਗੀ ਪਰ ਲੱਗੀ ਕਿੰਨੇ ਵਾਲੀ ਹੈ ਮੇਰੇ ਖਿਆਲ 150 ਕੇ 200 ਵਾਲੀ ਉੱਧਰ ਵੇਖੋ 10-15 ਹਜ਼ਾਰ ਦਾ ਚਸ਼ਮਾ ਹੀ ਲਾਈ ਫਿਰਦੀ ਕੀ ਐਨਕਾਂ ਦੇ ਫੈਸਲੇ ਕਰਾਉਣ ਨਹੀਂ ਆਇਆ ਇੱਥੇ ਤੁਸੀਂ ਇਹ ਨਾ ਰੱਖੋ ਟੌਰਾਂ ਕੱਢ ਕੇ ਆ ਗਏ ਤੁਸੀਂ ਭਲਾ ਮਾਤਾ ਕਹਿੰਦੇ ਪਹਿਲਾਂ ਗੱਲ ਸੁਣ ਲੈ ਕੁੜ ਗਏ ਤੁਸੀਂ ਇਹਨੂੰ ਰੋਕਣਾ ਕਿ ਨਹੀਂ ਮੈਂ ਰੋਕੀ ਜਾਂਦਾ ਤੂੰ ਨਾ ਬੋਲ ਤੁਸੀਂ ਮੇਰੀ ਗੱਲ ਸੁਣੋ ਮੈਂ ਰੋਕਦਾ ਪਰ ਸਰਪੰਚ ਸਾਹਿਬ ਸਤਿਕਾਰਯੋਗ ਹੈ ਹਮ ਰੁਤਬਾ ਹੈ ਸੀ ਉਹਨਾਂ ਨੂੰ ਇਹਨਾਂ ਦੀਆਂ ਐਨਕਾਂ ਜਾਂ ਇਹਨਾਂ ਦੇ ਕੱਪੜਿਆਂ ਤੇ ਟਿੱਪਣੀ ਕਰਨ ਦਾ ਨਹੀਂ ਮਤਲਬ ਇੱਕ ਮਿੰਟ ਇਹ ਕਰਕੇ ਟਿੱਪਣੀ ਕਰਨ ਦਾ ਅਧਿਕਾਰ ਹੈ ਕਿਉਂਕਿ ਜਦੋਂ ਇਹ ਰਿਸ਼ਤਾ ਸਿਰੇ ਚੜ੍ਹਨ ਤੋਂ ਪਹਿਲਾਂ ਆਉਂਦੇ ਹੁੰਦੇ ਸੀ ਨਾ ਇਹਨਾਂ ਦੇ ਕੱਪੜੇ ਇਹੋ ਜਿਹੇ ਹੁੰਦੇ ਜਿਵੇਂ ਦਿਹਾੜੀਦਾਰ ਬੰਦੇ ਦੇ ਹੁੰਦੇ ਆ ਅੱਜ ਇਹਨਾਂ ਦੇ 25-25 ਹਜ਼ਾਰ ਦੇ ਮੇਰੀਆਂ ਐਨਕਾਂ ਪਰਖਦੀ ਆ ਨਾ ਮੈਂ ਕੋਈ ਗਰੰਟਾਂ ਖਾ ਕੇ ਜਾਂ ਫੈਸਲਾ ਇਸ ਤਰੀਕੇ ਦੇ ਨਾਲ ਨਹੀਂ ਨਹੀਂ ਸਰ ਇੱਕ ਮਿੰਟ ਮੈਂ ਉਹਨੂੰ ਕਹਿ ਰਿਹਾ ਕਿ ਮੈਂ ਕੋਈ ਗਰੰਟਾਂ ਖਾਣ ਵਾਲਾ ਜਾਂ ਨਰੇਗਾ ਵਾਲੇ ਪੈਸੇ ਖਾਣ ਵਾਲਾ ਨਹੀਂ ਮੈਂ ਤਾਂ ਜਿੱਥੇ ਕੰਮ ਅੜ ਜਾਵਾਂ ਛੱਤਰ ਨਾਲ ਕੰਮ ਕਰਾਉਣਾ ਸਰਪੰਚ ਇੱਕ ਉਂਗਲ ਨਹੀਂ ਤੁਸੀਂ ਖਾਦੇ ਆ ਸਰ ਤੁਸੀਂ ਜਿਹੜੀ ਗੱਲ ਇੱਕ ਮਿੰਟ ਸਰ ਇੱਕ ਮਿੰਟ ਜਿਹੜੀ ਉਲਟਾ ਚੋਰ ਕੋਤਵਾਲ ਕੋ ਡਾਟੇ ਸ਼ਰਮ ਨਾ ਮਾੜੀ ਮੋਟੀ ਮੇਰੀ ਮਾੜੀ ਮੋਟੀ ਸ਼ਰਮ ਨਾ ਖਾ ਕੇ 25 ਲੱਖ ਬਚਾ ਕੇ ਬਕਾ ਕੇ 1.5 ਲੱਖ ਬਕਾ ਕੇ 1.5 ਕਿੱਲਾ ਉਹਨਾਂ ਦਾ ਤੇ ਸ਼ਰਮ ਨਹੀਂ ਹੁੰਦੀ ਉਹਨੂੰ ਮਾੜੀ ਮੋਟੀ ਮੈਂ ਦੋ ਗੱਲਾਂ ਇੱਥੇ ਕਹਿ ਦੇਣੀਆਂ ਚਾਹਣਾ ਜਿਨ੍ਹਾਂ ਦੇ ਉੱਪਰ ਬੀਤੀ ਆ ਜਿਨ੍ਹਾਂ ਦੇ ਨਾਲ ਇਹ ਐਡਾ ਵੱਡਾ ਧੋਖਾ ਆ ਉਹ ਪਰਿਵਾਰ ਚੁੱਪ ਆ ਅੱਜ ਉਹ ਮੁੰਡਾ ਵੀ ਨਹੀਂ ਆਇਆ ਉਹਦਾ ਮੁੰਡੇ ਦਾ ਬਾਪੂ ਵੀ ਨਹੀਂ ਆਇਆ ਕਿਉਂਕਿ ਮੈਂ ਆਉਣ ਸਾਰ ਮਾਤਾ ਨੂੰ ਪੁੱਛ ਲਿਆ ਸੀ ਬਜ਼ੁਰਗ ਬਿਮਾਰ ਆ ਠੀਕ ਆ ਮੁੰਡਾ ਉੱਥੇ ਹਸਪਤਾਲ ਦੇ ਵਿੱਚ ਆ ਮਾਤਾ ਪਹੁੰਚੀ ਆ ਮਾਤਾ ਕੁਛ ਨਹੀਂ ਬੋਲ ਰਹੀ ਮਾਤਾ ਕੀ ਲੱਗਦਾ ਤੁਸੀਂ ਚਲੋ ਤੁਸੀਂ ਵੀ ਆਪਦੇ ਸਰਪੰਚ 'ਤੇ ਵਿਸ਼ਵਾਸ ਕਰਕੇ ਆਏ ਹੋ ਉਹ ਵੀ ਸਰਪੰਚ ਨੂੰ ਲੈ ਕੇ ਆਇਆ ਇਸ ਤਰੀਕੇ ਨਾਲ ਤੁਹਾਨੂੰ ਫੈਸਲਾ ਮਨਜ਼ੂਰ ਹੋ ਜੂਗਾ ਸਾਡਾ ਸਰਪੰਚ ਕਰੋ ਸਾਨੂੰ ਮਨਜ਼ੂਰ ਚਲੋ ਸਰ ਇਹਨਾਂ ਨੇ ਇਹ ਗੱਲ ਸਰਪੰਚ 'ਤੇ ਕਹੀ ਆ ਤੁਸੀਂ ਸਰਪੰਚ ਨੂੰ ਲੈ ਕੇ ਆਏ ਹੋ ਤੁਹਾਨੂੰ ਆਪਦੇ ਸਰਪੰਚ 'ਤੇ ਭਰੋਸਾ ਹਾਂਜੀ ਭਰੋਸਾ ਫਿਰ ਜੇ ਭਰੋਸਾ ਤਾਂ ਚੁੱਪ ਕਰਕੇ ਇਹਨੂੰ ਆਪਦੀ ਕੁੜੀ ਨੂੰ ਕਹੋ ਕਿ ਇਹ ਬੋਲਣ ਤੋਂ ਗਰੇਜ ਕਰੇ ਕਹਿਣਾ ਚਾਹੀਦਾ ਪੰਚਾਇਤ ਦੇ ਵਿੱਚ ਇਸ ਤਰ੍ਹਾਂ ਦੀ ਭਾਸ਼ਾ ਬੋਲਣੀ ਚੰਗੀ ਨਹੀਂ ਹੁੰਦੀ ਨਾ ਪਤਾ ਇੱਕ ਮਿੰਟ ਮੈਨੂੰ ਤਾਂ ਤੁਸੀਂ ਕਹਿਤਾ ਜਦੋਂ ਪਿਛਲੇ ਵਾਰੀ ਅਸੀਂ ਆਏ ਸੀ ਆ ਗਿੱਠ ਦੀ ਜਗ੍ਹਾ ਲੱਗੀ ਸੀ ਬੁੜੀ ਦੇ ਤੇ ਹੁਣ ਨਹੀਂ ਬੋਲਦੀ ਵਾਹ ਤੁਸੀਂ ਸ਼ਬਦ ਤੁਸੀਂ ਬੋਲੋ ਨਹੀਂ ਕੁੜੀਆ ਫਿਰ ਵੀ ਤੂੰ ਗਲਤ ਸ਼ਬਦ ਵਰਤਦੀ ਹੈ ਉਹਦੇ ਤਾਂ ਗਿੱਠ ਦੀ ਜਵਾਨ ਲੱਗਿਆ ਤੇਰੇ ਤਾਂ 6 ਫੁੱਟ ਦੀ ਮੈਂ ਪਹਿਲਾਂ ਹੀ ਕਹਿਤਾ ਸੀਗਾ ਤੇ ਫਿਰ ਤੁਸੀਂ ਆ ਇਸ ਤਰੀਕੇ ਨਾਲ ਹੋਊਗਾ ਫੈਸਲਾ
जबान चढ़ा लिए कनेडा कुड़ी नूं फिर कोई गल नहीं मैं खड़ा परिवार दी थां मैं कहना देखो जे जिद दे विच पै गए परिवार पहला ही खत्म आ ये मैं थोनों रिक्वेस्ट करदा कैमरे के सामने वेखो लोग वेखदे आ भी हलीमी दे नाल इन्हां दे जे कोई फैसले की गल आ तुसीं पासपोर्ट लैणा हो पासपोर्ट कुड़ी नूं दित्ता गया पर किहड़े तरीके नाल ये गलबात आ जिहड़ी उह होऊगी लाजमी होऊगी ठीक आ इस तरीके मैनू नहीं लगता भी ये कोई फैसले का राह कुड़ी नूं पासपोर्ट दिता जाना है गल आ वेखो सरपंच साहब पहला तो यह दसो तुसीं इहो जिहा की फैसला करके जिहड़ा थोनू वेखो इन्हां ने कानूनी प्रक्रिया की गल जरूर करती आ पर जिहड़े हिसाब ने परिवार के बोलण का लहजा अज तीजा जिहड़ा फैसला तीजा फैसले की घड़ी आ की लगता थोनू लगता देखो जी मैं मानदा कुड़ी एडवांस बोलती है या कुछ भी बोलती है गुस्से मानता नहीं मानना नहीं सारा बोल रही है मान बोल रही है बोल रही है बोल रही है कोई गल नहीं बोल रही है कुछ बाहर जान का असर ला लो या किसी का भी असर ला लो बोल रही है ठीक है पर इत्थे असी तो यह सुन चाहते पंचायत के ही निबड़ जाए चार मोतबार बंदे है सरपंच साहब है सियाने सब कुछ समझदार है असी कहने पंचायत के ही फैसला निबड़ जाए पर सरपंच साहब एक तो उन्होंने ਐਨਕਾਂ ਤਾਂ ਟਿੱਪਣੀਆਂ ਕਰਦੇ ਬਾਕੀ ਆਪਦਾ ਪੱਖ ਰੱਖੀ ਜਾਂਦੇ ਵੀ ਮੈਂ ਨਰੇਗਾ ਦੇ ਪੈਸੇ ਨਹੀਂ ਖਾਂਦਾ ਮੈਂ ਐਂ ਕਰਾਉਂਦਾ ਉਹਨਾਂ ਨੂੰ ਆਪਦੀ ਨਹੀਂ ਦੇਣੀ ਚਾਹੀਦੀ ਅਸੀਂ ਫੈਸਲਾ ਕਰ ਰਹੇ ਪਾਸਪੋਰਟ ਦਾ ਠੀਕ ਹੈ ਇੱਕ 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 ਮੈਂ ਇੱਥੇ ਹੋਰ ਗੱਲ ਕਹਿ ਦੇਣੀ ਚਾਹੁੰਦਾ ਜਿਹੜਾ ਇਹ ਰਿਸ਼ਤਾ ਪਰਿਵਾਰ ਇਹਨਾਂ ਦਾ ਸਰਪੰਚ ਸਾਹਿਬ ਕਹਿੰਦਾ ਵੀ ਕੁੜੀ ਦੇ ਮਨ ਤੇ ਆਏ ਆ ਵੀ ਮੈਂ ਬਾਹਰ ਜਾਣ ਕੰਨੂਆ ਬੈਠੀ ਆ ਸਾਡੇ ਮਨ ਤੇ ਕੋਈ ਨਹੀਂ ਗਾ ਇਹ ਸਾਡੇ ਮਨ ਤੇ ਕੋਈ ਵੀ ਨਹੀਂ ਉਹ ਆਪ ਵੀ ਹਸਪਤਾਲ ਪਏ ਆ ਬੇਟਾ ਵੀ ਉੱਥੇ ਬੈਠਾ ਜਿੱਦੇ ਇਹ ਸਾਡੇ ਘਰੇ ਆਉਂਦੇ ਹੁੰਦੇ ਸੀ ਨਾ ਵੀ ਰਿਸ਼ਤਾ ਲੈ ਲਓ ਹਨਾ ਉਹਦੇ ਪਤਾ ਦਿਹਾੜੀ ਚ 10 ਵਾਰੀ ਫੋਨ ਆਉਂਦਾ ਹੁੰਦਾ ਸੀ ਇਹੀ ਕੁੜੀਆਂ ਨੇ ਮੰਮੀ ਜੀ ਤੁਹਾਡੇ ਪੁੱਤ ਨਾਲ ਗੱਲ ਕਰਾਇਓ ਇਹਦਾ ਪਾਪਾ ਨਾਲ ਭੈਣ ਜੀ ਸਤਿ ਸ੍ਰੀ ਅਕਾਲ ਬੇਟੇ ਨਾਲ ਗੱਲ ਕਰਾਇਓ ਉਹੀ ਬੇਟਾ ਹੈ ਬਿਲਕੁਲ ਇਹ ਇਹ ਚੀਜ਼ਾਂ ਇੱਕ ਮਿੰਟ ਹਾਂਜੀ ਅਸੀਂ ਨਾ ਜੇ ਇਹਨਾਂ ਦਾ ਬੇਟਾ ਨਾਲ ਜਾਣਾ ਹੁੰਦਾ ਤੇ ਕੁੜੀ ਨੇ ਉਧਰੋਂ ਆਉਣਾ ਹੀ ਨਹੀਂ ਸੀਗਾ ਤੇ ਨਾ ਇਹਨਾਂ ਨੂੰ ਪਾਸਪੋਰਟ ਫੜਾਉਣਾ ਸੀ ਹੋਰ ਕੀ ਹੈ ਮੇਰੇ ਤਾਂ ਦਿਲ ਚ ਗੱਲ ਵੀ ਨਹੀਂ ਸੀ ਕੋਈ ਇਹੋ ਜਿਹਾ ਸਾਡੇ ਦਿਲ ਚ ਤਾਂ ਪਾਪ ਹੀ ਹੈ ਨਹੀਂ ਸੀ पिछली बार फैसला लेके आए थे 40 लाख रुपया देवांगे सरकार इन्हां नूं पुछो वी इन्हां दे फोन ते आई है ना कुड़ी इन्हां ने फोन करिया फिर आई है कुड़ी क्यों माता जी असीं फोन करिया जी तां सानूं पता सी वी आपदे मां प्यो दा वीजा लवा लिया ए ए गल होई आ थोड़ा फिर जदों वीजा लग गया मुंडे दा कोई गल बात नहीं हुई फिर तां इही गल आ कुड़ गई ਤੁਸੀਂ ਕੀ ਗੱਲ ਕਰਦੇ ਹੋ ਮੈਂ ਐਕਚੁਅਲ ਦੇ ਵਿੱਚ ਜਦੋਂ ਇਹਨਾਂ ਨੇ ਫੋਨ ਕੀਤਾ ਠੀਕ ਹੈ ਇਹਨਾਂ ਨੇ ਫੋਨ ਕੀਤਾ ਵੀ ਤੂੰ ਆ ਜਾ ਪੁੱਤਰ ਮੈਂ ਹਫਤਾ ਨਹੀਂ ਪੈਣ ਦਿੱਤਾ ਪੁੱਛ ਲਓ ਇਹਨਾਂ ਤੋਂ ਹਫਤੇ ਬਾਅਦ ਮੈਂ ਆ ਗਈ ਜੇ ਮੇਰੇ ਢਿੱਡ 'ਚ ਪਾਪ ਹੁੰਦਾ ਮੈਂ ਆਉਂਦੀ ਉਹ ਕਿਉਂ ਫਿਰ ਇਹ ਘੰਟੇ ਕਮੈਂਟ ਹੈ ਅੱਛਾ ਇਹ ਢਿੱਡ ਦੇ ਪਾਪੀ ਹੈ ਇਹਨਾਂ ਦੀ ਇਹ ਗਲਤੀ ਹੈ ਪਾਸਪੋਰਟ ਲਕੋਲਿਆ ਸਾਡਾ ਇੱਕ ਸਾਨੂੰ ਆ ਮੀਡੀਆ ਦੇ ਸਾਹਮਣੇ ਬੁਲਾ ਲਿਆ ਖੱਜਲ ਕਰ ਛੱਡਿਆ ਇਹਨਾਂ ਨੇ ਸਾਨੂੰ ਖੱਜਲ ਕਰ ਛੱਡਿਆ ਇਹਨਾਂ ਨੇ ਖੱਜਲ ਕਰ ਛੱਡਿਆ ਮੀਡੀਆ ਦੇ ਸਾਹਮਣੇ ਕਿਉਂ ਸਰਪੰਚ ਸਾਹਿਬ ਕਿਉਂ ਆਉਣਾ ਪਿਆ ਤੁਹਾਨੂੰ ਮੀਡੀਆ ਤੇ ਕਿਉਂ ਆਉਣਾ ਪਿਆ ਇਹਨਾਂ ਨੂੰ ਇਹ ਪੁੱਛੋ ਵੀ ਇਹਨਾਂ ਨੂੰ ਇਹ ਤਾਂ ਖੱਜਲ ਹੋ ਗਏ ਦੋ ਢਾਈ ਤਿੰਨ ਸਾਲ ਕੁੜੀ ਨੇ ਲਾ ਲਏ ਕੈਨੇਡਾ ਦੇ ਵਿੱਚ ਇਹ ਤਾਂ ਅੱਜ ਇੱਥੇ ਮਾਈਕ ਦੇ ਇੱਥੇ ਕੈਮਰੇ ਦੇ ਸਾਹਮਣੇ ਮਾਰਦੇ ਆ ਸ਼ੇਖੀਆਂ ਕਿ ਮੈਨੂੰ ਫੋਨ ਕੀਤਾ ਕਿ ਬੇਟਾ ਤੂੰ ਅੱਜ ਦੇ ਮੈਂ ਹਫਤੇ ਜਾ ਗਈ ਠੀਕ ਹੈ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਮੈਂ ਸ਼ਬਦ ਵਰਤਣੇ ਨਹੀਂ ਚਾਹੁੰਦਾ ਪਰ ਜਿੱਥੇ ਏਡੇ ਵਿਗੜਾਇਆ ਜਵਾਕ ਹੋਣ ਉੱਥੇ ਬੋਲਣਾ ਸਹੀ ਵੀ ਹੁੰਦਾ ਠੀਕ ਹੈ ਜਿਹੜੀ ਭਾਸ਼ਾ ਸਰਪੰਚ ਸਾਹਿਬ ਨੇ ਵੀ ਕਹਿਤਾ ਵੀ ਕੁੜੀ ਐਡਵਾਂਸ ਬੋਲਦੀ ਆ ਐਡਵਾਂਸ ਨੇ ਸਰਪੰਚ ਸਾਹਿਬ ਰਫ ਆਖੋ ਬੇਲਗਾਮ ਆਖੋ ਜਿਹੜੇ ਸ਼ਬਦ ਪੰਚਾਇਤ ਦੇ ਵਿੱਚ ਕੁੜੀ ਵਰਤ ਰਹੀ ਹੈ ਪਿਓ ਕੋਲੇ ਖੜਾ ਪਿਓ ਦੀ ਸ਼ਰਮ ਨਹੀਂ ਸਰਪੰਚ ਪਿੰਡ ਦਾ ਨਾਲ ਖੜਾ ਉਹਦੀ ਸ਼ਰਮ ਨਹੀਂ ਇੱਕ ਕਮੈਂਟ ਇੱਕ ਕਮੈਂਟ ਇਹਨੂੰ ਇਹ ਰੋਕ ਕੇ ਰੱਖੋ ਸਰਪੰਚ ਸਾਹਿਬ ਤੁਸੀਂ ਨਹੀਂ ਸਰਪੰਚ ਸਾਹਿਬ ਵੇਖੋ ਇਸ ਤਰੀਕੇ ਨਾਲ ਇਹ ਬੋਲਦੀ ਆ ਨਾ ਇਹ ਕੁੜੀ ਤੁਹਾਡੀ ਮੰਨਦੀ ਆ ਇਹਨਾਂ ਦੀ ਤਾਂ ਮੰਨਣੀ ਕੀ ਆ ਕੀ ਲੱਗਦਾ ਫੈਸਲਾ ਪਹੁੰਚ ਜੂ ਸਰੇ ਅਸੀਂ ਕੋਸ਼ਿਸ਼ ਤਾਂ ਕਰ ਰਹੇ ਹਾਂ ਉਦਣ ਦੀ ਪਿਛਲੇ ਵਾਰ ਵੀ ਆਇਆ ਸੀਗਾ ਉਦਣ ਵੀ ਕੋਈ ਗੱਲ ਨਹੀਂ ਨਿਬੜੀ ਗਈ ਚਲੋ ਉਦਣ ਭਾਈ ਸਾਹਿਬ ਸਰਪੰਚ ਸਾਹਿਬ ਹੈ ਨਹੀਂ ਸੀਗੇ ਅੱਜ ਫੇਰ ਆਏ ਆ ਚਲ ਇਹਨਾਂ ਨੂੰ ਵੀ ਬੁਲਾਇਆ ਗਿਆ ਅੱਜ ਕੋਈ ਨਾ ਕੋਈ ਨਿਬੜ ਜਾਏ ਤਾਂ ਚੰਗੀ ਗੱਲ ਹੈ ਪਰ ਮੈਂ ਤਾਂ ਇਹਨੂੰ ਕੁੜੀ ਨੂੰ ਵੀ ਬਥੇਰਾ ਸਮਝਾਈ ਜਾਂਦਾ ਨਹੀਂ ਭਾਈ ਮੇਰੀ ਗੱਲ ਸੁਣੋ ਵੀ ਜਿਹੜੀ ਗੱਲ ਆਖਿਆ ਵੀ ਹਫਤੇ ਦੇ ਵਿੱਚ ਮੈਂ ਤਾਂ ਜਦੋਂ ਕਹਿਤਾ ਤੇ ਮੈਂ ਕਿਹਾ ਮੰਮੀ ਜੀ ਠੀਕ ਆ ਮੈਂ ਆਉਣੀ ਆ ਆਪਾਂ ਉਹ ਗੱਲ ਨੂੰ ਕੰਟੀਨਿਊ ਕਰ ਦਿੰਦਾ ਮੈਂ ਕਿਉਂਕਿ ਮੇਰੇ ਕੋਲ ਤਾਂ ਜਦੋਂ ਤੋਂ ਇਹਨਾਂ ਨੂੰ ਸ਼ੱਕ ਹੋ ਗਿਆ ਸੀ ਨਾ ਕਿ ਮਾਂ ਪਿਓ ਦੇ ਵੀਜ਼ੇ ਲਵਾਉਗੀ ਉਦੋਂ ਤੋਂ ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪਹਿਲੀ ਜਦੋਂ ਆਪਣੀ ਇੱਥੇ ਪੰਚਾਇਤ ਹੋਈ ਸੀ ਤੁਹਾਨੂੰ ਕਿਹਾ ਸੀ ਨਾ ਕਿ ਸਾਡੇ ਲਿੰਕ ਹੁਣ ਇਹ ਸਰਪੰਚ ਸਾਹਿਬ ਮੈਨੂੰ ਜਾਣਦੇ ਅਸੀਂ ਤਾਂ ਇੱਕ ਦੂਜੇ ਨੂੰ ਜਾਣਦੇ ਇੱਕ ਦੂਜੇ ਨੂੰ ਦੱਸਦੇ ਵੀ ਕਿੱਥੇ ਕੀ ਹੋ ਰਿਹਾ ਇੱਕ ਮੈਂ ਹੋਰ ਗੱਲ ਦੱਸ ਦਿੰਦਾ ਸਰਪੰਚ ਸਾਹਿਬ ਦੀ ਗੱਲ ਵਿੱਚ ਆ ਇਹ ਪਿੰਡਾਂ ਦਾ ਜਿਹੜਾ ਫਾਸਲਾ ਸਾਰਾ 3 ਕਿਲੋਮੀਟਰ ਦਾ ਜਿੱਥੇ ਇਹਨਾਂ ਨੇ ਮੁੰਡਾ ਵਿਆਹ ਸਿਰਫ 3 ਕਿਲੋਮੀਟਰ ਉਹ ਮੈਂ ਗੱਲ ਬਾਅਦ 'ਚ ਦੱਸੂ ਵੀ ਇਹਨਾਂ ਨੇ ਕੋਈ ਪੜਤਾਲ ਨਹੀਂ ਕੀਤੀ ਜਾਂ ਇਹਨਾਂ ਨੇ ਕੋਈ ਪੜਤਾਲ ਨਹੀਂ ਕੀਤੀ ਜੀ ਉਹਦੇ ਵਿੱਚ
ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਨਾ, ਸ਼ੱਕ ਹੋ ਗਿਆ ਕਿ ਹਾਂ ਯਾਰ ਕੁੜੀ ਮੁੰਡੇ ਨਾਲ ਗੱਲ ਘੱਟ ਕਰਦੀ ਹੈ, ਕੁੜੀ ਫੋਨ ਮੈਸੇਜ ਨਹੀਂ ਵੇਖਦੀ, ਫਲਾਣਾ ਨਹੀਂ ਕਰਦੀ, ਜਦੋਂ ਗੱਲਬਾਤ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਇਹਨਾਂ ਦਾ ਜਿਹੜਾ ਮੁੰਡਾ ਉਹ ਸਾਡੇ ਜਵਾਕਾਂ ਦੇ ਨਾਲ ਜਾਂਦਾ, ਠੀਕ ਹੈ, ਉਹਦਾ ਸਿਰ ਨੀਵਾਂ ਹੀ ਹੁੰਦਾ ਸੀ ਵਿਚਾਰੇ ਦਾ, ਝੁਕਿਆ ਹੀ ਹੁੰਦਾ ਸੀ, ਉਹਦਾ ਆਸ ਹੀ ਹੁੰਦਾ ਸੀਗਾ। ਇਹਨਾਂ ਨੂੰ ਤਾਂ ਕਰੀਬ ਸਾਲ ਡੇਢ ਸਾਲ ਹੋ ਗਿਆ ਸੀਗਾ ਜਦੋਂ ਕੁੜੀ ਦੀ ਪੜ੍ਹਾਈ ਪੂਰੀ ਹੋ ਕੇ ਵਰਕ ਪਰਮਿਟ ਦੇ ਨੇੜੇ ਚਲੀ ਗਈ ਸੀ ਨਾ, ਉਦੋਂ ਤੋਂ ਇਹ ਕੋਸ਼ਿਸ਼ਾਂ ਕਰ ਰਹੇ ਸੀ ਆਨੇ ਬਾਨੇ ਕਿ ਬੇਟਾ ਤੂੰ ਐਂ ਕਰ ਵੀ ਮੁੰਡਾ ਉਦਾਸ ਹੈ, ਤੂੰ ਇੱਕ ਵਾਰੀ ਆ ਕੇ ਮਿਲ ਜਾ, ਤੂੰ ਇੱਕ ਵਾਰੀ ਆ ਕੇ ਹੌਸਲਾ ਦੇ ਜਾ, ਜੇ ਤੇਰਾ ਕੋਈ ਪੇਪਰ ਵਰਕ ਕਿਸੇ ਵਾਲ ਦੇ ਵਿੱਚ, ਤਾਂ ਜਦੋਂ ਉਹਨਾਂ ਨੇ ਏਡੀ ਵੱਡੀ ਸ਼ਤਾਨੀ ਕੀਤੀ ਹੈ, ਡੇਢ ਕਿੱਲਾ ਵਕਾਤਾ ਇਹਨਾਂ ਦਾ, ਠੀਕ ਹੈ, ਇਹਨਾਂ ਨੂੰ ਵੀ ਕੋਈ ਨਾ ਕੋਈ ਤਾਂ ਮਾੜੀ ਮੋਟੀ ਤਾਂ ਆਪਣੀ ਤੇਜ਼ੀ ਵਿਖਾਉਣੀ ਪੈਣੀ ਸੀ ਨਾ। ਸਾਲ ਡੇਢ ਸਾਲ ਲੱਗੇ ਕੁੜੀ ਨੂੰ ਸੱਦਣ ਤੇ, ਜਿਹੜਾ ਹਫ਼ਤੇ ਦੇ ਵਿੱਚ ਕਹਿੰਦੀ ਮੈਂ ਕਿਉਂ ਏਦਾਂ ਹੀ ਹੋਇਆ ਜਿੱਦਾਂ ਸਰਪੰਚ ਸਾਹਿਬ ਕਹਿ ਰਹੇ। ਡੇਢ ਸਾਲ ਅਸੀਂ ਫੋਨ ਲਾਉਂਦੇ ਰਹੇ, ਜਦੋਂ ਸਾਨੂੰ ਇਹਨਾਂ ਦੇ ਪਿੰਡ ਦੇ ਲਾਗਿਓ ਆ ਕੇ ਦੱਸਤਾ ਨਾ ਵੀ ਉਹ ਕੁੜੀ ਨੇ ਆਪਦੇ ਮਾਂ ਪਿਓ ਦਾ ਵੀਜ਼ਾ ਲਵਾ ਲਿਆ, ਉਦੋਂ ਬਾਅਦ 'ਚ ਅਸੀਂ ਫੋਨ ਲਾਇਆ ਕਰਕੇ, ਮੇਰਾ ਡਿਊਟੀ ਦਾ ਟਾਈਮ ਹੈ, ਮੇਰਾ ਐਂ ਆ, ਮੇਰਾ ਐਂ ਆ ਕਰਦੀ ਰਹੀ। ਫਿਰ ਇਹਨੂੰ ਅਸੀਂ ਮਿੱਠੇ ਹੋ ਕੇ ਮੈਂ ਸੱਦਿਆ, ਮੈਂ ਕਿਹਾ ਬੇਟਾ ਤੂੰ ਆ ਜਾ, ਆ ਕੇ ਤੂੰ ਕਹਿ ਵੀ ਕੋਈ ਨਹੀਂ ਮੈਂ ਤੈਨੂੰ ਲੈ ਕੇ ਜਾਊਂਗੀ ਆਪਦੇ ਮਾਂ ਪਿਓ ਤੋਂ, ਸ਼ੱਕ ਮਗਰੋਂ ਲੈ ਜੀ, ਤੇਰਾ ਸਾਨੂੰ ਆ ਕੇ ਮਿਲ। ਫਿਰ ਇਹ ਡੇਢ ਸਾਲ ਦੇ ਵਿੱਚ ਆਈ ਹੈ। ਦੇਖੋ ਅੱਛਾ ਕੁੜੀ ਇਹ ਗੱਲ ਦੱਸ, ਤੂੰ ਇਹਨਾਂ ਦੇ ਮੈਸੇਜ ਨਹੀਂ ਰਿਸੀਵ ਕਰਦੀ ਸੀਗੀ, ਇਹਨਾਂ ਦੀ ਫੋਨ ਕਾਲ ਨਹੀਂ ਚੱਕਦੀ ਸੀਗੀ, ਅਤੇ ਤੂੰ ਆਪਦੇ ਮਾਂ ਪਿਓ ਦਾ ਚੋਰੋਂ ਵੀਜ਼ਾ ਲਵਾਇਆ, ਇਹਨਾਂ ਨੂੰ ਦੱਸਿਆ ਤੱਕ ਨਹੀਂ? ਮੈਂ ਇਹਨਾਂ ਦਾ ਫੋਨ, ਉਹ ਅੱਜ ਤਾਂ ਆਇਆ ਨੀਗਾ ਝੁੱਜੂ ਜਿਹਾ, ਉਹ ਮੈਨੂੰ ਗੇੜੇ ਨਾਲ ਫੋਨ ਕਰਕੇ ਮੈਨੂੰ ਆਈਫੋਨ ਭੇਜ ਦਿਓ, ਮੈਨੂੰ ਮੈਂ ਉੱਥੇ ਕੰਮ ਕਰਨ ਗਈ ਹਾਂ, ਮੈਂ ਕੰਮ ਕਰਾਂ, ਸਟੱਡੀ ਕਰਾਂ ਕਿ ਉਹਨੂੰ ਆਈਫੋਨ ਲੈ ਕੇ ਦੇਵਾਂ? ਮਤਲਬ ਜਾਂਦੇ ਸਾਰ ਲੋਕਾਂ ਦੀਆਂ ਡਿਮਾਂਡਾਂ ਸ਼ੁਰੂ ਹੋ ਜਾਂਦੀਆਂ ਕਿ ਸਾਡੇ ਵਾਸਤੇ ਆਹ ਭੇਜੋ ਆਹ ਭੇਜੋ। ਜੀ ਮੈਂ ਉੱਥੇ ਪਾਰਟ ਟਾਈਮ ਕੰਮ ਕਰਦੀ ਸੀ, ਠੀਕ ਹੈ, ਮੈਂ ਆਪਣੇ ਖਰਚੇ ਵੀ ਵੇਖਣੇ ਸੀਗੇ, ਮੈਂ ਤਾਂ ਕਰਕੇ ਇਹਨਾਂ ਦਾ ਫੋਨ ਬਈ ਨਹੀਂ ਚੱਕਿਆ, ਮੈਂ ਮੰਨਦੀ ਹਾਂ ਇਸ ਗੱਲ ਨੂੰ। ਇਹਨਾਂ ਦਾ ਜਦੋਂ ਵੀਜ਼ਾ ਲੱਗਿਆ ਤੇਰੇ ਪੇਰੈਂਟਸ ਦੇ, ਇਹਨਾਂ ਨੂੰ ਤੂੰ ਦੱਸਿਆ ਕਿਉਂ ਨਹੀਂ? ਕਿਉਂ ਦੱਸਣਾ ਸੀ? ਮੈਂ ਮੇਰੇ ਪੇਰੈਂਟਸ ਆ, ਮੈਂ ਬੁਲਾਉਂਗੀ, ਇਹਨੂੰ ਲੈ ਕੇ ਜਾਣਾ ਸੀ, ਮੈਨੂੰ ਪਤਾ ਵਾ, ਠੀਕ ਹੈ, ਮੈਂ ਹੁਣ ਵੀ ਇਹਨਾਂ ਨੂੰ ਇਹੀ ਗੱਲ ਕਹਿੰਦੀ, ਪਾਸਪੋਰਟ ਦੇ ਦਿਓ, ਮੈਂ ਮਤਲਬ ਹਫ਼ਤੇ ਦੇ ਵਿੱਚ ਹੀ, ਠੀਕ ਹੈ, ਪੇਪਰ ਵਰਕ ਦੇ ਦਿਓ, ਪਾਸਪੋਰਟ ਦੇ ਦਿਓ, ਪਾਸਪੋਰਟ ਦੇਵਾਂਗੇ, ਪਰ ਅੱਜ ਐਸੇ ਢੰਗ ਨਾਲ ਦੇਵਾਂਗੇ ਵੀ ਦੁਨੀਆ ਯਾਦ ਰੱਖੂ ਪਾਸਪੋਰਟ ਕਿਹੜੇ ਤਰੀਕੇ ਨਾਲ ਕਿਵੇਂ ਜਾ ਕੇ ਮੁੰਡੇ। ਤੁਸੀਂ ਨਾ ਦਿੱਤਾ, ਮੈਂ ਵੀ ਐਸੇ ਢੰਗ ਨਾਲ ਲੈ ਕੇ ਜਾਊਂ, ਦੁਨੀਆ ਯਾਦ ਰੱਖੂਗੀ ਵੀ ਬੇਇੱਜ਼ਤੀ ਕਿਵੇਂ ਕੀਤੀ ਸੀ। ਕੋਈ ਗੱਲ ਨਹੀਂ, ਮੈਂ ਸਰਪੰਚ ਹਾਂ, ਤੂੰ ਦੂਜੇ ਸੱਤ ਸਮੁੰਦਰੋਂ ਪਾਰ ਜਾ ਕੇ ਪਾਣੀ ਪੀ ਕੇ ਆਈ ਨਾ, ਘਾਟ ਘਾਟ ਦਾ ਆਪਣੇ ਜਾਣੇ, ਤੈਨੂੰ ਮੈਂ ਦੱਸੂੰ ਕਿ ਸਰਪੰਚ ਕੀ ਹੈਸੀਅਤ ਰੱਖਦਾ, ਕਾਨੂੰਨ ਕੀ ਹੈਸੀਅਤ ਰੱਖਦਾ, ਅਤੇ ਤੇਰੇ ਵਰਗੇ ਜਿਹੜੇ ਜਵਾਕ ਵਿਗੜਾਇਆ ਲੈਣਾ, 1-2% ਜਿਹੜੇ ਵਿਗੜਾਇਆ ਉੱਥੇ ਜਾ ਕੇ 1-2% ਵਿਗੜਦੇ ਆ, ਉਹ 97% ਨੂੰ ਵੀ ਦਾਗੀ, ਇੱਕ ਮੱਝ ਗੰਦੀ ਹੁੰਦੀ ਹੈ ਨਾ, ਤਾਂ ਦੂਜੀਆਂ ਲਵੇੜ ਦੀ ਪੂਛਾ ਮਾਰ ਮਾਰ ਬੇਟਾ। ਦੇਖੋ ਠੀਕ ਹੈ ਸਰਪੰਚ ਸਾਹਿਬ, ਮੇਰੀ ਗੱਲ ਸੁਣੋ ਜੀ, ਸਰਪੰਚ ਸਾਹਿਬ ਤੁਹਾਨੂੰ ਮੈਂ ਬੇਨਤੀ ਕਰਦਾ, ਹੁਣ ਪਾਣੀ ਚ ਮਧਾਣੀ ਫੇਰਨ ਦਾ ਕੋਈ ਫਾਇਦਾ ਨਹੀਂ, ਜਿਹੜਾ ਕੁਛ ਹੋ ਗਿਆ ਉਹ ਹੋ ਗਿਆ, ਪਾਣੀ ਚ ਮਧਾਣੀ, ਪਾਣੀ ਚ ਮਧਾਣੀ ਵਾਲਾ ਕੰਮ, ਇਹਨੂੰ ਇੱਕ ਗੱਲ ਪੁੱਛੋ, ਇਹਨੂੰ ਇੱਕ ਗੱਲ ਪੁੱਛੋ, ਤੁਸੀਂ ਪੁੱਛ ਲੈਣਾ ਕਿ ਮਾਪਿਓ ਦਾ ਵੀਜ਼ਾ ਲੱਗ ਗਿਆ, ਨਾਲੇ ਸਟੱਡੀ ਟਾਈਮ ਹੀ ਲੱਗ ਗਿਆ, ਵਰਕ ਪਰਮਿਟ ਹੋਣ ਤੋਂ ਪਹਿਲਾਂ ਲੱਗ ਗਿਆ, ਇਹਨੂੰ ਪੁੱਛੋ ਕਿ ਮੁੰਡੇ ਨੂੰ ਨਾ ਬੁਲਾਉਣ ਦਾ ਕੀ ਕਾਰਨ ਸੀ, ਪੇਪਰ ਵਰਕ ਭੇਜਣ ਦਾ ਨਾ ਭੇਜਣ ਦਾ ਕੀ ਕਾਰਨ ਸੀ, ਕਿਉਂ ਨਹੀਂ ਪੇਪਰ ਵਰਕ ਉਹਦਾ ਕਰਕੇ? ਹਾਂ ਇਹ ਜ਼ਰੂਰ ਆ, ਇਹ ਜ਼ਰੂਰ ਪੁੱਛਣਾ ਜਿਹੜਾ ਚਾਹੀਦਾ ਗਾ, ਕਿਉਂ ਨਹੀਂ ਲਵਾਇਆ ਵੀਜ਼ਾ? ਦੋ ਦੇ ਬੜੇ ਆਹੋ, ਮੈਂ ਕਿਹੜੇ ਪੇਪਰ ਵਰਕ ਕਰਦਾ? ਤੇ ਦੋ ਬੜੇ ਜਿੱਦੇ ਤੂੰ ਉਹਨਾਂ ਨੂੰ ਵੇਖਣਾ ਆਏ ਸੀ, ਉਹਦੇ ਉਹ ਵਗਾਏ ਟੀਚਰ ਲੱਗਿਆ ਹੋਇਆ ਸੀ, ਝੂਠ ਬੋਲਿਆ ਸੀ ਇਹਨਾਂ ਨੇ, ਕਹਿੰਦੇ ਦਾਦਾ ਕਿੰਨਾ ਗਿਆ ਸੀ, ਕਿਉਂ ਮੈਂ ਤਾਂ 10 ਪੜਿਆ, ਦਸ ਪੜਿਆ, ਤੂੰ ਦੋ ਦੋ ਗੱਲ ਤੇ ਵਾਰ ਵਾਰ ਕਹੀ ਹੈ, ਨਹੀਂ ਲਿਖਣਾ ਨਹੀਂ ਆਉਂਦਾ, 10 ਪੜਿਆ, ਸਰਟੀਫਿਕੇਟ ਨਹੀਂ ਦਿੱਤਾ ਗਾ ਉਹਦਾ, ਇਹਦਾ ਸਰਟੀਫਿਕੇਟ ਨਹੀਂ ਦਿੱਤਾ, ਦਸ ਪੜਿਆ। ਹਾਂਜੀ ਤੁਸੀਂ ਦੇਖੋ ਕਿੰਨੇ ਪੜ੍ਹੇ ਲਿਖੇ ਆ ਇਹ, ਉਹਨੇ ਪਤਾ ਨਹੀਂ ਕਿਵੇਂ ਅੱਡੀਆਂ ਗੋਡੇ ਰਗੜ ਕੇ ਕਿਤੇ 60-65% ਕੁੜੀ ਨੇ ਲਏ ਹੋਣਗੇ, ਤੇ ਆਹ ਦੇਖੋ 99% ਤੇਰੇ ਦੇਖ ਲੈ, ਉਧਰ ਪਿਓ ਦੀ ਬੋਲੀ ਦੇਖ ਲਓ, ਆਖੇ ਮੁੰਡਾ ਤਾਂ ਦੋ ਜਮਾਤਾਂ ਨਹੀਂ ਪੜਿਆ, ਤੇ ਉਹ ਦੇਖ ਲਓ ਸਰਟੀਫਿਕੇਟ ਨੂੰ ਸਰਟੀਫਿਕੇਟ ਕੀ ਦੱਸੀ ਜਾਂਦਾ, ਬਿਲਕੁਲ ਨਹੀਂ, ਇਹ ਚੀਜ਼ਾਂ ਹੁੰਦੀਆਂ। ਅੱਛਾ ਤੁਸੀਂ ਇਹ ਗੱਲ ਵੇਖੋ, ਜਦੋਂ ਸਰਟੀਫਿਕੇਟ ਤੁਸੀਂ ਵੇਖੇ ਨਹੀਂ, ਤੁਸੀਂ ਫਿਰ ਇਹਨਾਂ ਨੂੰ ਤਾਂ ਇਹ ਗੱਲ ਕਹੀ ਜਾਂਦੀ ਹੈ ਕਿ ਸੌਦੇਬਾਜ਼ੀ, ਮੈਂ ਤਾਂ ਇੱਥੇ ਇਹੀ ਗੱਲ ਕਹੂੰਗਾ, ਚਾਹੇ ਮੁੰਡੇ ਵਾਲੇ ਚਾਹੇ ਕੁੜੀ ਵਾਲੇ, ਕੀਤਾ ਤਾਂ ਸੌਦਾ ਹੀ ਸੀਗਾ, ਜਦੋਂ ਹੁਣ ਇਹ ਦੋ ਦੱਸਦੇ ਆ, ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ, ਜ਼ਿਆਦਾਤਰ ਸੌਦੇ ਹੁੰਦੇ ਆ, ਇਹਦੇ 'ਚ ਕੋਈ ਦੋ ਰਹਿ ਨਹੀਂ, ਕੀ ਕਹਿਣਾ, ਕੋਈ ਮੀਆਂ ਬੀਬੀ ਜਿਹਦੀ ਆਪਦੀ ਨਿਭ ਜੇ ਉਹ ਟਿਕਾਣੇ ਲੱਗ ਜਾਣ, ਨਹੀਂ ਤਾਂ ਅਜਿਹੇ ਕੇਸ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਆ ਰਹੇ ਆ। ਜੋ ਵੀ ਹੋਇਆ ਜੋ ਵੀ ਹੋਇਆ, ਪਰ ਆਪਾਂ ਅੱਜ ਮੁੱਦੇ ਤੇ ਆ, ਠੀਕ ਹੈ, ਅੱਜ ਸਰਪੰਚ ਸਾਹਿਬ ਵਾਰੀ ਵਾਰੀ, ਮੈਨੂੰ ਪਤਾ ਇਹਨਾਂ ਕੋਲ ਵੀ ਟਾਈਮ ਨਹੀਂ, ਮੇਰੇ ਕੋਲ ਵੀ ਟਾਈਮ ਨਹੀਂ, ਪਰ ਠੀਕ ਹੈ, ਇਹ ਪਰਿਵਾਰ ਮੇਰੇ ਪਿੰਡ ਦਾ ਪਰਿਵਾਰ ਹੈ, ਇਹ ਬਹੁਤ ਕਸੂਤੇ ਫਸਿਆ, ਮੈਂ ਉਹਨੂੰ ਕੱਢਣਾ ਜਿਵੇਂ ਮਰਜ਼ੀ ਕੱਢਣਾ, ਠੀਕ ਹੈ, ਨਿਬੇੜਾ ਕਰਨਾ ਇਸ ਗੱਲ ਦਾ, ਪਰ ਜਿਹੜੀ ਗੱਲ ਮੈਂ ਕਹਿ ਰਿਹਾ ਉਹ ਪੁੱਛੋ ਕੁੜੀ ਨੂੰ ਕੀ ਕਾਰਨ ਹੈ ਕਿ ਪਿਛਲੇ 2.5-3 ਸਾਲਾਂ ਦੇ ਵਿੱਚ ਮੁੰਡੇ ਵਾਸਤੇ ਇੱਕ ਵਾਰੀ ਵੀ ਇੱਕ ਪੇਪਰ ਵੀ, ਇੱਕ ਕਾਗਜ਼ ਵੀ ਕਿਉਂ ਨਹੀਂ ਭੇਜਿਆ? ਆਪਦੇ ਪੇਰੈਂਟਸ ਦੇ ਕਾਗਜ਼ ਤਿਆਰ ਕਰਾਏ, ਕਾਗਜ਼ ਪੱਤਰ ਤਿਆਰ ਕੀਤੇ, ਫਾਈਲਾਂ ਤਿਆਰ ਕੀਤੀਆਂ, ਹਨ ਆਪਦੇ ਹਸਬੈਂਡ ਦੇ ਕਿਉਂ ਨਹੀਂ ਕੀਤੇ? ਉਹਨਾਂ ਦਾ ਲੱਗਦਾ ਹੀ ਨਹੀਂ ਸੀ ਕਿਸੇ ਹਿਸਾਬ ਨਾਲ, ਮੈਂ ਬੜਾ ਟਰਾਈ ਕੀਤਾ ਸੀਗਾ, ਨਹੀਂ ਲੱਗਿਆ, ਫਿਰ ਮੇਰੀ ਤਾਂ ਕੋਈ ਇਸ ਦੇ ਵਿੱਚ ਗਲਤੀ ਨਹੀਂ ਆ। ਕੁੜੀ ਕਹਿੰਦੀ ਟਰਾਈ ਕੀਤਾ,
इमीग्रेशन कंपनी पंजाब दी एक नंबर दी नंबर कंपनी है जी, फरीदकोट तो बिलोंग करते हैं जी, ठीक है जी, भाई दीपक चोपड़ा जी दी सारी टीम है ये, इन्हां नूं पुछो ये करते हैं स्पाउस केस करते हैं स्टडी केस करते हैं हर एक तरह का केस ये इमीग्रेशन का करते हैं ए टू जेड सोल्यूशन फरीदकोट। दमनदीप दस्सो वीरे एक गल मैं दस देनी चाहना इत्थे अज उह भी दुध दा दुध पानी दा पानी हो जू जिहड़े कहिंदे आ कुड़ियां बाहर जाके कहिंदियां कि वीजा नहीं लगता टाइम लगता फाइल नहीं सही आ कागज़ नहीं सही जिवें कुड़ी ने कहा कि उहदा लगता ही नहीं सी अज इह भी वीडियो च दुध दा दुध पानी दा पानी हो जू इह वीर आ जिहड़े इमीग्रेशन वाले ए टू जेड फरीदकोट तो आए आ इह दस्सणगे कि प्रक्रिया की आ किवें वीजा लगता अज वीर जी अगे आ जाओ सत श्रीकाल जी। सत श्रीकाल भाई जी। प्रोसैस इन्होंने वीजा नहीं लवाया इन्हों के लड़के का इन्हों का हसबैंड सगा बहर गया कि सचमुच इन्ना औखा वीजा लगना नहीं नहीं भाई इन्ना औखा नहीं गा वीजा लगना एक्चुअली की है जो स्पाउस हुआ ना वह केस फैमिली तो पहला लगता है मतलब माता पिता तो पहला लग सकता सी इन्हों माता पिता का किसी कारण करके रिजेक्ट हो सकता पर वो केस रिजेक्ट नहीं हो सकता हसबैंड हसबैंड लो लो एक एक चीज होर है जी सामने खुल के आई आ पेरेंट्स का वीजा रिजेक्ट हो सकता सी पर घराने का वीजा रिजेक्ट नहीं हो सकता पर कुड़ी लगता इतने झूठ बोल रही है जी। इन्हें तो ढाई तीन साल उसे रह के मुंडे सद्या नहीं पर ए ता ए, एना दा दावा दावा नहीं मतलब कि सबूत मैं अपने रिश्तेदार एक दो केस हुणे करवा के हटिया ठीक है कुड़ी दे नाल मुंडा जांदा स्पाउस इत्थों जाके भी पेपर भेजन की लोड़ नहीं पुछो वीर नूं किवें जांदा लो हुण एक चीज होर नोट कर लिओ इत्थे ए टू जेड वालियां दी इह वीर दसूगा अजिहे मामले च उलझन तो पहलां तुसीं इन्हां दे थले ऐड नंबर मैं देऊंगा सारा इन्हां दा जिहड़ा उत्थे पता अड्रैस देऊंगा ਇਹੋ ਜਿਹੇ ਕੇਸ 'ਚ ਫਸਣ ਨਾਲੋਂ ਚੰਗਾ ਇਹਨਾਂ ਨੂੰ ਜਾ ਕੇ ਮਿਲੋ ਤੁਹਾਡੇ ਮਸਲੇ ਹੱਲ ਹੋ ਜਾਣਗੇ ਜੀ। ਹਾਂਜੀ ਬਾਈ ਜੀ ਇਹ ਪੰਜਾਬ 'ਚ ਬਹੁਤ ਵੱਡਾ ਇੱਕ ਕਾਰਨ ਰਿਹਾ ਆ ਕਿ ਕੁੜੀਆਂ ਚਲੀਆਂ ਜਾਂਦੀਆਂ ਜਾਂ ਮੁੰਡਾ ਪਹਿਲਾਂ ਚਲੇ ਜਾਂਦਾ ਬਾਅਦ 'ਚੋਂ ਕੁੜੀ ਨੂੰ ਨਹੀਂ ਬੁਲਾਉਂਦਾ ਜਾਂ ਕੁੜੀ ਮੁੰਡੇ ਨੂੰ ਨਹੀਂ ਬੁਲਾਉਂਦੀ ਉਹਦਾ ਆਪਣੇ ਕੋਲ ਬਹੁਤ ਵੱਡਾ ਸਲਿਊਸ਼ਨ ਆ ਤੁਸੀਂ ਮੁੰਡਾ ਕੁੜੀ ਨੂੰ ਇੱਥੋਂ ਹੀ ਭੇਜੋ ਇਕੱਠਿਆਂ ਨੂੰ ਇਕੱਠੇ ਜਾ ਸਕਦੇ ਆ ਬਿਲਕੁਲ ਜਾ ਸਕਦੇ ਆ ਲਓ ਸੁਣੀ ਚੱਲਿਓ ਧਿਆਨ ਨਾਲ ਜੀ ਕੈਨੇਡਾ ਦੇ ਵਿੱਚ ਹੀ ਜਾ ਸਕਦੇ ਆ ਤੁਸੀਂ ਪੁੱਛਣ ਜਾਓਗੇ ਤੁਹਾਨੂੰ ਸ਼ਾਇਦ ਕਹਿਣਗੇ ਪਹਿਲਾਂ ਕੁੜੀ ਜਾਊਗੀ ਸਟੱਡੀ ਤੇ ਬਾਅਦ ਚੋਂ ਮੁੰਡੇ ਦੀ ਵਾਰੀ ਆਊਗੀ ਇਦਾਂ ਦਾ ਕੁਝ ਨਹੀਂ ਗਾ ਤੁਸੀਂ ਮੁੰਡੇ ਨੂੰ ਵੀ ਨਾਲ ਹੀ ਭੇਜੋ ਕੁੜੀ ਨੂੰ ਸਟੱਡੀ ਵੀਜ਼ਾ ਦਵਾਓ ਮੁੰਡੇ ਨੂੰ ਓਪਨ ਸਪਾਊਸ ਵਰਕ ਪਰਮਿਟ ਦਵਾਓ ਤੇ ਇਕੱਠੇ ਜਹਾਜ਼ ਚੜਾਓ ਇਥੋਂ ਤੇ ਫਿਰ ਪ੍ਰੋਬਲਮ ਨਹੀਂ ਆਊਗੀ ਇਹ ਜਿਹੜੀ ਆ ਲਓ ਸੌਖਾ ਕੰਮ ਹੋ ਗਿਆ ਤੁਸੀਂ ਕਦੇ ਇਹ ਨਾ ਸੋਚੋ ਵੀ ਜਿੱਥੇ ਕੁੜੀ ਮੁੰਡੇ ਦਾ ਰਿਸ਼ਤਾ ਹੋ ਗਿਆ ਕੁੜੀ ਪਹਿਲਾਂ ਜਾਊਗੀ ਮੁੰਡਾ ਬਾਅਦ 'ਚ 6 ਮਹੀਨੇ ਸਾਲ 2 ਸਾਲ ਵੇਟ ਕਰਨ ਦੀ ਲੋੜ ਨਹੀਂ ਇਕੱਠੇ ਜਹਾਜ਼ ਚੜਨਗੇ ਇਹ ਜਹਾਜ਼ ਚੜਾਉਣ ਦੇ ਲਈ ਏ ਟੂ ਜੈਡ ਵਾਲੇ ਬੈਠੇ ਆ ਇਹਨਾਂ ਨੂੰ ਤੁਸੀਂ ਮਿਲ ਸਕਦੇ ਹੋ ਇਹਦੇ ਵਿੱਚ ਹੋਰ ਜਾਣਕਾਰੀ ਜਿਵੇਂ ਇਹਨਾਂ ਨੇ ਇੰਨਾ ਜਾਂ ਕਈ ਵਾਰੀ ਇਦਾਂ ਦਾ ਹੁੰਦਾ ਵੀ ਕੇਸ ਉਲਝ ਵੀ ਜਾਂਦਾ ਹੁਣ ਜਿਵੇਂ ਮਾਤਾ ਜੀ ਦਾ ਮੁੰਡਾ ਵਿਚਾਰੀ ਦਾ ਰਹਿ ਗਿਆ ਕੋਈ ਹੱਲ ਹੋ ਸਕਦਾ ਇਹਨਾਂ ਦਾ ਹਾਂਜੀ ਹੋ ਸਕਦਾ ਜੀ ਜਾ ਸਕਦਾ ਮੁੰਡਾ ਕੁੜੀ ਦਾ ਇਹਨਾਂ ਕੋਲੇ ਸਾਰੇ ਡਾਕੂਮੈਂਟ ਹੈਗੇ ਆ ਸਾਡੇ ਕੋਲ ਆਣ ਆਪਾਂ ਇਹਨਾਂ ਦਾ ਵੀਜ਼ਾ ਲਵਾ ਦਾਂਗੇ ਕੁੜੀ ਭਾਵੇਂ ਇੱਥੇ ਹੀ ਰਵੇ ਲਓ ਜੀ ਅਸੀਂ ਬਾਹਰ ਭੇਜ ਦਾਂਗੇ ਲਓ ਲਓ ਬਹੁਤ ਸੋਹਣੀ ਗੱਲ ਤੇ ਸੌਖਾ ਵੀ ਜਿਹੜਾ ਹੋ ਗਿਆ ਮੈਂ ਤੁਹਾਨੂੰ ਦੱਸ ਵੀ ਦਿੰਦਾ ਹੁਣ ਇੱਥੇ ਦਾਵਾ ਕਰ ਦਿੱਤਾ ਵੀਰ ਨੇ ਏ ਟੂ ਜ਼ੈਡ ਵਾਲਿਆਂ ਨੇ ਇਹ ਕਹਿੰਦੇ ਵੀ ਅਸੀਂ ਲੜਕੇ ਨੂੰ ਭੇਜ ਦਾਂਗੇ ਕੁੜੀ ਇੱਥੇ ਹੀ ਰਹੂਗੀ ਕੀ ਕਹਿਣਾ ਹੁਣ ਤੁਹਾਡਾ ਕੁੜੀ ਕਿਵੇਂ ਇੱਥੇ ਰਹੂਗੀ ਮੈਂ ਪਹਿਲਾਂ ਜਾਊਂਗੀ ਪਹਿਲਾਂ ਪਾਸਪੋਰਟ ਦਿਓ ਮੇਰਾ ਮੁੰਡੇ ਦਾ ਤਾਂ ਫੇਰ ਸੋਚੂੰਗੀ ਮੈਂ ਵਾਹ ਵੇਖੋ ਕਹਿੰਦੇ ਹੁੰਦੇ ਆ ਵੀ ਰੱਸੀ ਮੱਚ ਗਈ ਪਰ ਵੱਟ ਨਹੀਂ ਗਿਆ ਉਹ ਗੱਲ ਹੋਈ ਪਈ ਆ ਹੁਣ ਵੀਰ ਇੱਥੇ ਪਹੁੰਚਿਆ ਜਿਹੜੀ ਕਾਨੂੰਨੀ ਪ੍ਰਕਿਰਿਆ ਜਿਹੜੀ ਸਾਰੀ ਬਾਹਰ ਜਾਂਦੀ ਉਹ ਇਹਨੇ ਦੱਸਤੀ ਆ ਹਾਂ ਤੂੰ ਬਾਹਰ ਰਾਸ਼ਨ ਕਾਰਡ ਤੇ ਜਾ ਵੜੇਂਗੀ ਜਦੋਂ ਪਾਸਪੋਰਟ ਤਾਂ ਇਹਨਾਂ ਕੋਲੇ ਆ ਤੇ ਪਾਸਪੋਰਟ ਦਵਾਓ ਤੁਸੀਂ ਵੀ ਰੋਜ਼ ਤਮਾਸ਼ਾ ਲਾਈ ਰੱਖਦੇ ਹੋ ਅਸੀਂ ਕਾਹਦੇ ਨਾਲ ਦਵਾਈਏ ਤੁਸੀਂ ਇਹਨਾਂ ਨਾਲ ਨਿਪੜੋ ਪੂਰਾ ਕਿਉਂ ਜੀ ਪੁੱਛੋ ਰੌਲਾ ਕੀ ਹੈ ਇਸ ਗੱਲ ਦਾ ਜਦੋਂ ਤੁਹਾਨੂੰ ਪਾਸਪੋਰਟ ਦਵਾਓ ਹਾਂਜੀ ਮੈਂ 420 ਦਾ ਕੇਸ ਕਰੂੰਗੀ ਇਹਨਾਂ ਦੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਹਜੇ ਵੀ ਕਹਦੀ ਆ ਮੇਰੀ ਸੱਚ ਹੈ ਮੇਰੀ ਗੱਲ ਸੁਣੋ ਜਦੋਂ ਭਾਈ ਸਾਹਿਬ ਭੇਜਦੇ ਆ ਮੁੰਡੇ ਨੂੰ ਫਿਰ ਤੈਨੂੰ ਕੀ ਇਤਰਾਜ਼ ਹੈ ਬਠਿੰਡੇ ਤੱਕ ਜਾਵੇ ਕਿਉਂ ਇਹਨਾਂ ਨੇ ਪੈਸੇ ਨੀ ਲਾਏ ਉਹ ਜਦੋਂ ਪਹੁੰਚ ਜੂਗਾ ਮੁੰਡਾ ਤੇਰਾ ਕੋਈ ਗੱਲ ਨੀ ਹੁਣ ਇੱਥੇ ਆ ਰਹੀ ਸਰਪੰਚ ਸਾਹਿਬ ਆ ਜਾਓ ਅੱਗੇ ਹੋ ਜਾਓ ਮਾੜਾ ਜਿਹਾ ਤੁਸੀਂ ਮੈਂ ਤੁਹਾਨੂੰ ਇੱਧਰ ਆਜੋ ਵੀਰ ਜੀ ਕੀ ਹੁਣ ਕੀ ਫੈਸਲਾ ਤੁਹਾਡਾ ਹੁਣ ਹੁਣ ਮੈਂ ਤਾਂ ਤੁਹਾਨੂੰ ਦੱਸੀ ਤੁਸੀਂ ਆਪ ਹੀ ਕਹਿਤਾ ਕਿ ਰੱਸੀ ਮੱਚ ਗਈ ਪਰ ਵਾਲ ਨਹੀਂ ਗਿਆ ਠੀਕ ਹੈ ਹੁਣ ਤੁਹਾਨੂੰ ਸਾਫ਼ ਮਨਸ਼ਾ ਪਤਾ ਲੱਗ ਗਈ ਨਾ ਬਿਲਕੁਲ ਮਾਂ ਪਿਓ ਦਾ ਵੀਜ਼ਾ ਲੱਗ ਗਿਆ ਪਿਛਲੀ ਵਾਰ ਵੀ 40 ਲੱਖ ਦੀਆਂ ਡੀਂਗਾਂ ਮਾਰ ਕੇ ਗਏ ਸੀ ਨਾ ਠੀਕ ਹੈ ਹੁਣ ਇਹੀ ਗੱਲ ਹੈ ਕੁੜੀ ਕਹਿੰਦੀ ਹੈ ਕਿ ਪਾਸਪੋਰਟ ਦੇ ਦਿਓ ਮੈਂ ਜਾਊਂਗੀ ਪਤਾ ਮੈਂ ਗਈ ਜਿੰਨਾ ਚਿਰ ਮੈਂ ਨਹੀਂ ਜਾਂਦੀ ਮਾਂ ਪਿਓ ਉੱਥੇ ਇਮੀਗ੍ਰੇਸ਼ਨ ਤੇ ਪੁੱਛ ਗਏ ਛੋਣੇ ਨਾ ਕਿਹਦੇ ਕੋਲ ਚੱਲਿਓ ਜਦੋਂ ਮੈਂ ਕੈਨੇਡਾ ਨਹੀਂ ਬੈਠੀ ਤੇ ਮਾਂ ਪਿਓ ਕਿਵੇਂ ਪਹੁੰਚੂਗਾ ਬਸ ਗੇਮ ਪਾਈ ਜਾ ਰਹੀ ਹੈ ਮੈਨੂੰ ਜਾਣ ਦਿਓ ਇੱਕ ਵਾਰੀ ਮੇਰੀਆਂ ਸ਼ਰਤਾਂ ਦੇ ਫੁੱਲ ਚੜਾਓ ਮੇਰਾ ਮਾਂ ਪਿਓ ਉੱਥੇ ਮੇਰੇ ਮਗਰ ਜਾਵੜੂਗਾ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਐਡੀਆਂ ਕੱਚੀਆਂ ਗੋਲੀਆਂ ਅਸੀਂ ਵੀ ਨਹੀਂ ਖੇਡੇ ਇਹ ਚੀਜ਼ ਇੱਕ ਹੈਗੀ ਆ ਇਹਦੇ 'ਚ ਦੋ ਪੱਖ ਸਾਹਮਣੇ ਆਉਂਦੇ ਆ ਇੱਕ ਤਾਂ ਇਹਨਾਂ ਦੀ ਉਹੀ ਜ਼ਿਆਦਾ ਇੱਕ ਇਹ ਪੁਆਇੰਟ ਸਾਹਮਣੇ ਆਉਂਦਾ ਜਿਵੇਂ ਵੀਰ ਨੇ ਏ ਟੂ ਜ਼ੈਡ ਵਾਲੇ ਵੀਰ ਨੇ ਸਰਦਾਰ ਨੇ ਦੱਸਿਆ ਕਿ ਇੱਥੇ ਮੁੰਡੀ ਕੁੜੀ ਮੁੰਡਾ ਜਿਹੜੇ ਇਕੱਠੇ ਜਾ ਸਕਦੇ ਆ ਇਹਨਾਂ ਦਾ ਬੇਟੇ ਨੂੰ ਵੀ ਉਹ ਕਹਿੰਦੇ ਭੇਜਾਂਗੇ ਬਹੁਤ ਸਾਰੇ ਕੇਸ ਆਉਂਦੇ ਆ ਪਰ ਦੋ ਗੱਲਾਂ ਇਹਦੇ ਵਿੱਚ ਇੱਕ ਤੇ ਇਹ ਚੀਜ਼ ਆ ਵੀ ਇਹ ਵਿਚਾਰੇ ਲੁੱਟੇ ਪੱਟੇ ਗਏ ਇਹਨਾਂ ਦੇ ਕੋਲ ਬਚਿਆ ਕੱਖ ਨਹੀਂ ਡਿਪਰੈਸ਼ਨ ਦੇ ਵਿੱਚ ਜਿਹੜੇ ਬਜ਼ੁਰਗ ਆ ਉਹ ਵੀ ਚਲੇ ਗਏ
उस तो बाद मैं इन्हों के पक्ष की गल भी थोनू जी दस देनी चाहना। ये कितना कित इस गल तो सही है भी ये पासपोर्ट आ जोड़ा नहीं रख सकते क्योंकि कानून इस चीज़ की आग्ञा नहीं दिता। पर हम फैसला कितने होंगे की मामला अगे बनता वो सरपंच मैं तुम्हें पहला भी कहा मैं तुम्हें दोबारा फिर विद ड्यू रिस्पैक्ट कह दिनी हाँ ठीक है कि असी 40 लाख रुपया इन्हों दे देंगे मेरा पासपोर्ट दे दो। हाँ जी जे पैसे लेना चाहते हैं तो पैसे ले लैन आपके जो भी खर्चा होया है ते पासपोर्ट इन्हों का दे देखो कि सरपंच साहब कि माड़ी गल थोड़े वास्ते ਉਹਨਾਂ ਨੇ 1.5 ਕਿਲੋ ਪੈਸੇ ਲੈਣ ਵਾਸਤੇ ਬੱਚੇ ਸੀ ਮਾਤਾ ਨੂੰ ਜੀ ਪਾਸਪੋਰਟ ਦੇਵਾਂਗੇ ਨਾਲੇ ਰੁਪਏ ਨਹੀਂ ਲੈਂਦੇ ਨਾਲੇ ਕਿਸੇ ਢੰਗ ਤਰੀਕੇ ਨਾਲ ਪਾਸਪੋਰਟ ਆਵੇ ਯਾਦ ਰੱਖਣਗੇ ਪਾਸਪੋਰਟ ਦੇ ਪੈਸੇ ਦਾ ਯਾਦ ਰੱਖਣਗੇ ਤੇ ਉਹ ਦਾਦਾ ਵੀ ਦੱਸਣਗੇ ਕਈ ਪੀੜਗਾ ਤਾਂ ਹੀ ਪਤਾ। ਅੱਛਾ ਮੈਂ ਇੱਕ ਇੱਥੇ ਹੋਰ ਗੱਲ ਕਹਿ ਦੇਣੀ ਚਾਹਣਾ ਸੱਚੀ ਜਿਹੜੀ ਮੈਂ ਨਾ ਰੱਬ ਲੱਗਦੀ ਜਿਵੇਂ ਕਹਿੰਦੇ ਹੁੰਦੇ ਗੱਲ ਕਹਿ ਦੇਣੀ ਚਾਹੀਦੀ ਹੈ ਜਿਹੜੀ ਮਨ ਚ ਹੋਵੇ ਇਹ 40 ਲੱਖ ਰੁਪਇਆ ਦਿੰਦੇ ਆ ਹਾਂਜੀ ਪਾਸਪੋਰਟ ਸਾਨੂੰ ਦੇ ਦਿਓ ਹਾਂਜੀ ਤੇ ਇਹ 40 ਲੱਖ ਰੁਪਇਆ ਇਹਨਾਂ ਨੂੰ ਦਿੰਦੇ ਜੇ ਮੁੰਡਿਆਂ ਨੇ ਤੇ 40 ਲੱਖ ਰੁਪਇਆ ਇਹਨਾਂ ਨੂੰ ਦਵਾ ਦੇ ਕੇ ਇੱਥੇ ਜੂਣ ਗੁਜ਼ਾਰਾ ਕਰ ਲੈ ਇਹ ਜਿਹੜਾ ਬੱਚਾ ਉਧਰ ਚਲਿਆ ਜਾਂਦਾ ਨਾ ਫਿਰ ਉਹ ਇੱਥੇ ਨਹੀਂ ਰਹਿੰਦਾਗਾ ਤੇ ਫਿਰ ਉਹਦਾ ਵੀ ਤਾਂ ਜੀ ਕਰਦਾ ਨਾ ਉਹਦਾ ਪੁੱਤ ਇੱਥੇ ਬੈਠਾ ਉਹ ਤਾਂ ਜਾ ਕੇ ਨਹੀਂ ਆਇਆ ਉਹ ਤਾਂ ਖੇਤਾਂ ਜੋਗਾ ਹੈ ਜਾ ਕੇ ਆਇਆ ਨਾ ਉਹ ਗਿਆ ਆਏ ਖੇਤਾਂ ਦੇ ਵਿੱਚ ਹੀ ਜੇ ਉਹਨਾਂ ਨੇ 1.5 ਕਿੱਲਾ ਵੇਚ ਕੇ ਨਾਲ ਆਇਆ ਹੁੰਦਾ ਨਾ ਤੇ ਇੱਥੇ ਗੋਹਾ ਤੂੰ ਸਿੱਟਣਾ ਸੀ ਕੁੜੀਏ ਮੈਂ ਗੋਹਾ ਨਹੀਂ ਸੀ ਸਿੱਟਣੀ ਸਮਝ ਲੱਗੀ ਨਾ ਤੁਸੀਂ ਜ਼ਬਾਨ ਸੰਭਾਲ ਕੇ ਗੱਲ ਕਰੋ ਮੇਰੇ ਨਾਲ ਸੰਭਾਲ ਕੇ ਤੇਰੀ ਜ਼ਬਾਨ ਜਿਹੋ ਜਿਹੀ ਉਹ ਜਿਹੀ ਗੱਲ ਕਰੂੰਗਾ ਮੈਂ ਤੈਨੂੰ ਪਹਿਲਾਂ ਕਹਿੰਦਾ ਸੀ ਬਾਰ-ਬਾਰ ਸਮਝਾਈ ਜਾਂਦਾ ਹਾਂ ਪਾਸਪੋਰਟ ਪੁੱਠੇ ਨਾਲ ਪੁੱਠਾ ਹੈ ਮੈਂ ਛੱਤਰ ਮਾਰ ਕੇ ਸਿੱਧੇ ਕਰਨ ਵਾਲਾ ਸਰਪੰਚ ਵੀ ਹੈ ਸਰਪੰਚ ਸਾਹਿਬ ਤੋਂ ਜੋ ਹੋਇਆ ਤੁਸੀਂ ਕਰ ਲਿਓ ਇੱਕ ਮਿੰਟ ਤੂੰ ਸਰਪੰਚ ਹੋਏਗਾ ਆਪਦੇ ਘਰੇ ਹੋਏਗਾ ਤੇ ਤੂੰ ਕੁੜੀ ਦਾ ਪਿਓ ਹੋਏਗਾ ਆਪਦੇ ਘਰੇ ਇੱਕ ਮਿੰਟ ਉਹ ਵੀ ਆਏ ਨਹੀਂ ਗੱਲ ਬਾਰੇ ਨਹੀਂ ਬੋਲੀ ਜਾਂਦਾ ਕੀ ਕਰੇਗਾ ਅਸੀਂ ਆਏ ਨਹੀਂ ਬੋਲੀ ਜਾਂਦਾ ਗੱਲ ਸੁਣੋ ਪੁੱਛੋ ਕੀ ਕਹਿੰਦਾ ਤੂੰ ਹੁਣ ਤੁਸੀਂ ਕਿਹੜੇ ਹਿਸਾਬ ਨਾਲ ਪਾਸਪੋਰਟ ਲੈਣਾ ਮੇਰੇ ਕੋਲੇ ਵੀ ਨਾ ਜ਼ਿਲ੍ਹੇ ਦਾ ਉਹਦਾ ਤੇ ਹੁਣ ਪ੍ਰਧਾਨ ਆ ਤੁਸੀਂ ਜ਼ਿਲ੍ਹੇ ਦੇ ਇਹ ਪ੍ਰਧਾਨ ਆ ਕੁੜੀ ਦਾ ਪਿਓ ਜ਼ਿਲ੍ਹੇ ਦਾ ਹੁਣ ਕਿਹੜੀ ਪਾਰਟੀ ਦਾ ਮੈਂ ਲਾਲ ਬੱਤੀ ਵਾਲਿਆਂ ਗੱਡੀਆਂ ਜਿਹੜੀ ਮਰਜ਼ੀ ਪਾਰਟੀ ਦੇ ਪ੍ਰਧਾਨ ਹੁਣ ਤੁਸੀਂ ਕੀ ਲੈਣਾ ਮੇਰੇ ਪਾਪਾ ਇੱਕ ਫੋਨ ਕਰਨਗੇ ਨਾ ਇਹ ਲੀਡਰਾਂ ਦੀ ਲੈਣ ਲੱਗ ਜਾਣੀ ਮੈਨੂੰ ਫਿਰ ਸਾਨੂੰ ਲਿਆਉਣ ਦੀ ਕਿਹੜੀ ਲੋੜ ਸੀ ਲਓ ਤੁਸੀਂ ਲਿਆਉਣ ਦੀ ਕਿਹੜੀ ਲੋੜ ਸੀ ਪਹਿਲਾਂ ਫੋਨ ਲਵਾ ਚਲੋ ਲਓ ਹਾਂ ਲਾ ਲਓ ਹੁਣ ਪੁੱਛੋ ਕਿਹਨੂੰ ਲਾਇਆ ਸਰਪੰਚ ਸਾਹਿਬ ਆਪਾਂ ਪਾਸੇ ਹੋ ਗਏ ਫੈਸਲਾ ਕਰਨਗੇ ਹੁਣ ਐਮਐਲਏ ਨੂੰ ਫੋਨ ਲਾਇਆ ਇੱਥੇ ਵੇਖੋ ਤੁਸੀਂ ਹੋ ਸਕਦਾ ਕਿਤੇ ਨਾ ਕਿਤੇ ਸਿਆਸੀ ਦਬਾਅ ਕਰਕੇ ਵੀ ਦਬਾਅ ਪਾਉਂਦੇ ਹੋਣ ਇਸ ਪਰਿਵਾਰ ਤੇ ਵੀ ਸਾਡੀ ਪਹੁੰਚ ਹੈ ਮੈਂ ਜ਼ਿਲ੍ਹੇ ਦਾ ਪ੍ਰਧਾਨ ਆ ਜੇ ਹੁਣ ਜ਼ਿਲ੍ਹੇ ਦਾ ਪ੍ਰਧਾਨ ਬਣ ਗਿਆ ਅਹੁਦਾ ਮਿਲ ਗਿਆ ਤੇ ਹੁਣ ਇਹਦਾ ਮਤਲਬ ਇਹ ਤਾਂ ਨਹੀਂ ਵੀ ਇਹ ਮਾਰਨੇ ਆ ਜਾਂ ਇਹ ਰਗੜਨੇ ਪੁੱਛੋ ਵੀ ਜ਼ਿਲ੍ਹੇ ਦਾ ਪ੍ਰਧਾਨ ਸੀ ਤੇ ਥਾਉ ਦਿੱਤੀ ਤੇ ਰੁਪਏ ਲਾ ਕੇ ਤਾਂ ਬਾਹਰ ਨਹੀਂ ਭੇਜਿਆ ਗਿਆ ਹਾਂ ਹਾਂ ਮਾਤਾ ਦੀ ਇਹ ਗੱਲ ਲਈ ਮਿੰਤਾ ਕਰਦੇ ਸੀ ਉਦੋਂ ਆ ਕੇ ਨਾ ਤੁਸੀਂ ਸਾਡੇ ਗੋਡੀ ਬੰਦੇ ਹੁੰਦੇ ਸੀ ਕਿ ਵੀ ਸਾਡੇ ਮੁੰਡੇ ਨੂੰ ਲੈ ਜਾਈਏ ਇਹ ਉਹਨਾਂ ਨੂੰ ਆਸ ਸੀਗੀ ਵੀ ਸਾਡਾ ਮੁੰਡਾ ਬਾਹਰ ਜਾਵੜੇ ਇਹਨਾਂ ਦੀ ਇੱਕ ਹੀ ਗੱਲ ਸੀ ਵੀ ਸਾਡਾ ਮੁੰਡਾ ਬਾਹਰ ਜਾਵੜੇ ਹੁਣ ਜਾਵੜੇ ਸਾਨੂੰ ਕੋਈ ਚੱਕਰ ਨਹੀਂ ਸਾਡਾ ਮੁੰਡਾ ਬਾਹਰ ਜਾਵੜੇ ਤੇ ਫਿਰ ਲੈ ਕੇ ਨਹੀਂ ਗਏ ਕਿਉਂ ਨਹੀਂ ਸਿਰੇ ਲਾਈ ਕਹਾਣੀ ਤੁਸੀਂ ਅਸੀਂ ਅਜੇ ਪੁੱਟੇ ਅੱਜ ਤੁਸੀਂ ਇੱਕ ਗੱਲ ਸੋਚੋ ਮੈਂ ਕਹਿੰਦਾ ਅੱਜ ਥੋੜੇ ਇਹ ਬਣਾਏ ਹੋਏ ਤਮਾਸ਼ੇ ਨੇ ਪਤਾ ਨਹੀਂ ਕਿੰਨੇ ਪਰਿਵਾਰਾਂ ਨੂੰ ਕਿਉਂਕਿ ਮਾਮਲੇ ਹੈ ਵੀ ਤੇ ਹੋਰ ਵੀ ਅੱਗੇ ਮੈਂ ਕਹਿੰਦਾ ਸੁਧਰ ਜਾਣਗੇ ਤੁਸੀਂ ਜਾਣਾ ਇਹਨਾਂ ਕੋਲੇ ਜਾਓ ਤੁਸੀਂ ਵੀਜ਼ਾ ਸਿੱਧਾ ਲਵਾ ਲਓ ਕੁੜੀ ਮੁੰਡੇ ਦਾ ਐਵੇਂ ਚੱਕਰਾਂ ਦੇ ਵਿੱਚ ਨਾ ਫਸੋ ਇੱਕ ਮਿੰਟ ਸਰਪੰਚ ਸਾਹਿਬ ਮੈਂ ਇੱਕ ਗੱਲ ਤੁਹਾਨੂੰ ਦੋਨਾਂ ਨੂੰ ਪੁੱਛ ਲੈਣੀ ਚਾਹੁੰਦਾ ਤੁਹਾਡਾ 3 ਕਿਲੋਮੀਟਰ ਦਾ ਫਾਸਲਾ ਪੇਕਿਆਂ ਸਹੁਰਿਆਂ ਦੇ ਮੁੰਡੇ ਦਿੰਦਾ ਕੀ ਤੁਸੀਂ ਪੁੱਛ ਪੜਤਾਲ ਨਹੀਂ ਕੀਤੀ ਕੁੜੀ ਦੇ ਪਰਿਵਾਰ ਬਾਰੇ ਕੋਈ ਪੁੱਛਣ ਜੋਗਾ ਤਾਂ ਇਹਨਾਂ ਨੇ ਸਾਨੂੰ ਟਾਈਮ ਹੀ ਨਹੀਂ ਦਿੱਤਾ ਇਹਨਾਂ ਦਾ ਆਥਣ ਤੜਕੇ ਜੇ ਮੋਟਰਸਾਈਕਲ ਚੱਕ ਲਿਆ ਸਾਡੇ ਘਰੇ ਚੱਕਿਆ ਸਾਈਕਲ ਸਾਡੇ ਘਰੇ ਅਸੀਂ ਆਖਿਆ ਇਹਦਾ ਵੀ ਚੱਲ ਕੋਈ ਨਹੀਂ ਵੀ ਬੰਦਾ ਅੱਜ ਜਿਹੜੇ ਜ਼ਿਲ੍ਹਾ ਪ੍ਰਧਾਨ ਦੀ ਮੈਨੂੰ ਪਤਾ ਕਿਹੜਾ ਜ਼ਿਲ੍ਹਾ ਪ੍ਰਧਾਨ ਹੈ ਇਹ ਅਸੀਂ ਕਿਹੜਾ ਜਾਣਦੇ ਨਹੀਂ ਇਹ ਮੌਜੂਦਾ ਸਰਕਾਰ 'ਚ ਮਾੜਾ ਮੋਟਾ ਕੋਈ ਜੁੱਤੀ ਝਾੜ ਹੈਗਾ ਕਿਸੇ ਦਾ ਠੀਕ ਹੈ ਉਹ ਮੇਰੇ ਪਾਪਾ ਦੀ ਜੁੱਤੀ ਝਾੜ ਕਿਵੇਂ ਬੋਲੇ ਤੁਸੀਂ ਪ੍ਰਧਾਨ ਐ ਨਹੀਂ ਬੋਲੀ ਜਾਂਦਾ ਕਮੈਂਟ ਉਹ ਸਰਪੰਚ ਹੈਗਾ ਸਰਪੰਚ ਦਾ ਸਿਰ ਚੜ੍ਹ ਚੁੱਕਾ ਸਾਨੂੰ ਕੀ ਆਉਂਦੇ ਆਂਦਾ ਇੱਥੇ ਪ੍ਰਧਾਨਾਂ ਨੂੰ ਇੱਕ ਮਿੰਟ ਸਰਪੰਚ ਸਾਹਿਬ ਵੇਖੋ ਮਾਹੌਲ ਵੇਖੋ ਇਸ ਤਰੀਕੇ ਨਾਲ ਫੈਸਲੇ ਹੁੰਦੇ ਹੁੰਦੇ ਆ ਤੁਸੀਂ ਵੇਖ ਰਹੇ ਹੋ ਜੀ ਤੁਸੀਂ ਉਹਨੂੰ ਪੁੱਛੋ ਪਹਿਲਾਂ ਫੋਨ ਕਿਹਨੂੰ ਲਾਉਂਦਾ ਸੀ ਮੈਨੂੰ ਪਤਾ ਇਹ ਮਾੜਾ ਮੋਟਾ ਜਿਹੜੇ ਉਹ ਗੱਡੀ ਦੇ ਮਗਰ ਭੱਜਿਆ ਫਿਰਦਾ ਨਾ ਲਾਲ ਬੱਤੀਆਂ ਵਾਲੀਆਂ ਦੇ ਕਿਸੇ ਦੀ ਉਹਦੀ ਹਵਾ ਕਰਦਾ ਪਹਿਲਾਂ ਫੋਨ ਪੁੱਛੋ ਕਿਹਦੇ ਲਾਉਂਦਾ ਫੇਰ ਹੀ ਨਿਬੜਾਂਗੇ ਕਿਹਨੂੰ ਫੋਨ ਲਾਇਆ ਕੈਬਨਟ ਮੰਤਰੀ ਨੂੰ ਲਾਇਆ ਤੇ ਬਸ ਚੱਕਿਆ ਨਹੀਂ ਫੋਨ ਆਊਗੀ ਬੈਕ ਕਾਲ ਆਊਗੀ ਬੈਕ ਕਾਲ ਆਊਗੀ ਜਸਟਿਨ ਟਰੂਡੋ ਨੂੰ ਜੀ ਇੱਥੇ ਪਤਾ ਨਹੀਂ ਇਹਨਾਂ ਦੇ ਪੈਸਿਆਂ ਦੇ ਸਿਰ ਤੇ ਤੁਸੀਂ ਜਾ ਕੇ ਪਤਾ ਨਹੀਂ ਕਿਵੇਂ ਫੰਡ ਦੇ ਕੇ ਕਿਸੇ ਨੂੰ ਹੁਣ ਹੁਣ ਮੈਨੂੰ ਮੈਂ ਜ਼ਿਆਦਾਤਰ ਇਸ ਗੱਲ 'ਚ ਕਹੂੰਗਾ ਸਰਪੰਚ ਸਾਹਿਬ ਤੁਸੀਂ ਦੱਸੋ ਹੁਣ ਇਸ ਤਰੀਕੇ ਨਾਲ ਤਾਂ ਤੁਸੀਂ ਕੀ ਹੁਣ ਕਹਿਣਾ ਫੈਸਲਾ ਕਰਨਾ ਜਾਂ ਨਹੀਂ ਕਰਨਾ ਫੈਸਲਾ ਤਾਂ ਅਸੀਂ ਕਰਨ ਹੀ ਆਏ ਹਾਂ ਠੀਕ ਹੈ ਨਾ ਬਾਕੀ ਹੁਣ ਸਾਰਾ ਕੁਝ ਡਿਪੈਂਡ ਤਾਂ ਇਹਨਾਂ ਤੇ ਕਰਦਾ ਹੈ ਸਰਪੰਚ ਸਾਹਿਬ ਤੇ ਮੇਰੇ ਵੱਡੇ ਭਾਈ ਆ ਸਰਪੰਚ ਸਾਹਿਬ ਜੋ ਵੀ ਕਰਨਾ ਇਹਨਾਂ ਨੇ ਕਰਨਾ ਹੈਗਾ ਠੀਕ ਹੈ ਨਾ ਅਸੀਂ ਤਾਂ ਕਹਿੰਦੇ ਆ ਚਲੋ ਜਾਂ ਤਾਂ ਕੁਝ ਦੇ ਲੈ ਕੇ ਜਾਂ ਜਿਸ ਢੰਗ ਨਾਲ ਵੀ ਇਹ ਚਾਹੁੰਦੇ ਪਾਸਪੋਰਟ ਦੇ ਦੇਣ ਸਾਨੂੰ ਦੇ ਲੈ ਕੇ ਤਾਂ ਮਤਲਬ ਵੀ ਜੀ ਦੇ ਲੈ ਕੇ ਕੁਛ ਨਹੀਂ ਹੋਣਾਗਾ ਮੁੰਡੇ ਦੇ ਪਰਿਵਾਰ ਨੇ ਜਿਹੜੀ ਹੈ ਅੱਜ ਵੀ ਦੱਸਿਆ ਤੁਹਾਨੂੰ ਮਾਤਾ ਨੇ ਕਿ ਮੁੰਡੇ ਦਾ ਡੈਡੀ ਜਿਹੜਾ ਉਹ ਇੰਨਾ ਕੁ ਡਿਪਰੈਸ਼ਨ ਦੇ ਵਿੱਚ ਹੈ ਅੱਜ ਵੀ ਵਿਚਾਰਾ ਉਹ ਦਾਖਲ ਹੈ ਨਹੀਂ ਹੁਣ ਫੈਸਲਾ ਇਹ ਦੱਸੋ ਸਰਪੰਚ ਸਾਹਿਬ ਇਹਨਾਂ ਦਾ ਫੈਸਲਾ ਸਾਫ਼ ਹੈ ਜੀ ਕਿ ਅਸੀਂ ਜਿਹੜਾ ਜਿਹੜੇ ਹਿਸਾਬ ਨਾਲ ਕੁੜੀ ਹੁਣ
ਕੁੜੀ ਕਹਿੰਦੀ ਕਿ ਜਦੋਂ ਏ ਟੂ ਜ਼ੈਡ ਵਾਲੇ ਵੀਰ ਖੜੇ ਆ ਤੁਹਾਡੇ ਸਾਹਮਣੇ, ਇਹਨਾਂ ਨੇ ਕਹਿੰਦਾ ਮੈਂ ਸਬੂਤਾਂ ਦੇ ਤੌਰ 'ਤੇ ਸਾਰਾ ਕੁਛ ਇਕੱਠਾ ਕੀਤਾ ਸੀ, ਅਗਲਾ ਵੀ ਦੱਸਾਂਗੇ ਕੀ ਅਸੀਂ ਪ੍ਰੋਗਰਾਮ ਉਲੀਕ ਕੇ ਰੱਖਿਆ। ਜਦੋਂ ਇਹ ਕਹਿੰਦੇ ਕਿ ਮੁੰਡੇ ਨੂੰ ਪਹਿਲਾਂ ਚੜ੍ਹਾ ਸਕਦੇ ਹਾਂ, ਕੁੜੀ ਕਹਿੰਦੀ ਪਹਿਲਾਂ ਮੈਂ ਜਹਾਜ਼ ਚੜ੍ਹੂੰ, ਠੀਕ ਹੈ ਜੇ ਇਹੀ ਕੁਛ ਹੈ ਨਾ ਤਾਂ ਫਿਰ ਕੋਈ ਗੱਲ ਨਹੀਂ, ਉਸੇ ਤਰੀਕੇ ਨਾਲ ਹੀ ਨਿਬੜਾਂਗੇ ਅਸੀਂ, ਇੰਨਾ ਸੌਖਾ ਨਿਬੜਨਾ, ਐਂ ਇਹਨਾਂ ਨੂੰ ਮਾਰਨਾ ਨਹੀਂ ਗਾ ਕੁੜੀ ਨੂੰ। ਠੀਕ ਹੈ ਮੈਂ ਗੱਲ, ਪਰ ਹੁਣ ਤੁਸੀਂ ਦੱਸੋ ਵੀ ਜੇ ਤੁਹਾਨੂੰ ਪਾਸਪੋਰਟ ਨਾ ਮਿਲਿਆ ਫਿਰ ਅਸੀਂ ਲੈਣਾ ਵੀ ਜਾਣਦੇ ਹਾਂ, ਪਾਸਪੋਰਟ ਦੇਵਾਂਗੇ, ਠੀਕ ਹੈ ਪਾਸਪੋਰਟ ਲੈਣਾ ਹੈ ਨਾ, ਪਾਸਪੋਰਟ ਦੇਵਾਂਗੇ, ਪਰ ਆਉਣ ਵਾਲੀਆਂ ਸੱਤ ਪੀੜ੍ਹੀਆਂ ਤੇ ਜਿਹੜੇ ਇਹੋ ਜਿਹੇ ਕੰਮ ਕਰਦੇ ਨਾ, ਕਰਤੂਤਾਂ ਕਰਦੇ ਆ, ਲੋਕਾਂ ਦੇ ਪੈਸੇ ਘਰ ਪੱਟ ਕੇ ਪੈਸੇ ਲਵਾ ਕੇ ਤੇ ਮੁੜ ਕੇ ਜਾ ਕੇ ਕਹਿੰਦੇ ਵੀ ਤੂੰ ਕੌਣ ਤੇ ਮੈਂ ਕੌਣ, ਸੱਤ ਸੱਤ ਪੀੜ੍ਹੀਆਂ ਤੱਕ ਅਗਲਾ ਜਿਹੜੇ ਹਿਸਾਬ ਨਾਲ ਅੱਜ ਅਸੀਂ ਪਾਸਪੋਰਟ 5 ਮਿੰਟਾਂ ਤੱਕ ਜਿਹੜਾ ਫੈਸਲਾ ਇੱਥੇ ਹੋ ਜਾਣਾ, ਕਿਉਂਕਿ ਇਹ ਚੀਜ਼ ਕਹਿ ਦਿੱਤੀ ਗਈ ਹੈ ਇਹਨਾਂ ਦੇ ਵੱਲੋਂ ਵੀ ਕੁੜੀ ਦੇ ਪਰਿਵਾਰ ਦੇ ਵੱਲੋਂ ਅਤੇ ਕੁੜੀ ਦੇ ਪਰਿਵਾਰ ਦੀ ਤਾਂ ਇਹੀ ਜਿਹਦਾ ਵੀ ਜੇ ਪਾਸਪੋਰਟ ਨਾ ਦਿੱਤਾ ਅਸੀਂ ਲੈਣਾ ਜਾਣਦੇ ਹਾਂ, ਸਾਡੀ ਇੰਨੀ ਕੁ ਪਹੁੰਚ ਆ ਜਿਹੜੀ ਉਹ ਹੈਗੀ ਆ, ਅਤੇ ਮੁੰਡੇ ਦੇ ਪਰਿਵਾਰ ਸੱਚਮੁੱਚ ਹੀ ਬੇਬਸ ਆ, ਕਿਉਂਕਿ ਆਪਾਂ ਗੱਲ ਕਰਨੀ ਹੈ ਸੱਚੀ ਅਤੇ ਸੁੱਚੀ, ਪਰ ਹੁਣ ਇਹ ਫੈਸਲਾ ਹੁੰਦਾ ਕੀ ਆ ਉਹ ਚੀਜ਼ ਆ ਜਿਹੜੀ ਉਹ ਵੀ ਤੁਹਾਡੇ ਸਾਹਮਣੇ ਆ, ਆਖਿਰਕਾਰ ਨਿਬੜਿਆ ਕਿ ਪਾਸਪੋਰਟ ਮਾਤਾ ਦੇ ਹੱਥ ਦੇ ਵਿੱਚ ਆ, ਕਿਉਂਕਿ ਇਹ ਫੈਸਲਾ ਹਜੇ ਹੋਣਾ, ਪਾਸਪੋਰਟ ਜ਼ਰੂਰ ਆ ਮਾਤਾ ਕੋਲ, ਪਰ ਹੁਣ ਇਹ ਕਹਿੰਦੇ ਅਸੀਂ ਆਪਦੇ ਤਰੀਕੇ ਨਾਲ ਦੇਵਾਂਗੇ, ਜਿਹੜਾ ਪਰਿਵਾਰ ਯਾਦ ਰੱਖੂਗਾ ਇਹਨਾਂ ਨੂੰ ਹੁਣ ਆਸ ਆ ਵੀ ਸ਼ਾਇਦ ਪਾਸਪੋਰਟ ਇੱਦਾਂ ਮਿਲ ਜੂ, ਨਹੀਂ ਦਬਕੋ ਦਬਕੀ ਹੋਏ ਆ, ਤੁਹਾਡੇ ਸਾਹਮਣੇ ਸਾਰੀ ਗੱਲ ਹੋਈ ਆ, ਪਰ ਫੈਸਲਾ ਹੁਣੇ ਹੀ ਹੋ ਜਾਣਾ ਵੀ ਆਖਿਰ ਪਾਸਪੋਰਟ ਦੇਣਾ ਕਿਵੇਂ ਆ। ਸਰਪੰਚ ਸਾਹਿਬ ਕਿਹੜੇ ਤਰੀਕੇ ਨਾਲ ਦੇਣਾ ਪਾਸਪੋਰਟ ਹੁਣ? ਪਾਸਪੋਰਟ ਬਸ ਮਿਲ ਗਿਆ ਸਮਝੋ, ਉਹ ਆ ਗਏ ਆ, ਫੈਸਲਾ ਹੋਣਾ ਕਿਵੇਂ ਆ ਸਰਪੰਚ ਸਾਹਿਬ? ਆ ਦੇਖੋ ਸਰਪੰਚ ਸਾਹਿਬ, ਆ ਤੁਹਾਡਾ ਕੀ ਤਰੀਕਾ, ਤੁਸੀਂ ਸਾਨੂੰ ਕਹੀ ਜਾਂਦੇ ਪਾਸਪੋਰਟ ਦੇਣਾ, ਪਾਸਪੋਰਟ ਦੇਣਾ, ਤੁਹਾਨੂੰ ਪਤਾ ਲੱਗੂ ਕਿਵੇਂ ਦੇਣਾ, ਆ ਤਾਂ ਸਾਨੂੰ ਤੁਸੀਂ ਪੁਲਿਸ ਬੁਲਾਈ ਬੈਠੇ ਇੱਥੇ, ਮੇਰੇ ਨਾਲ ਤਾਂ ਘੱਟ ਤੋਂ ਘੱਟ ਕੋਈ ਗੱਲ ਕਰ ਲੈਂਦੇ, ਤੁਹਾਡੇ ਨਾਲ ਇੱਕ ਮੌਕਾ ਤੁਹਾਨੂੰ ਦਿੱਤਾ ਸੀ, ਇੱਕ ਮੌਕਾ ਮੇਰੇ ਕੋਲ ਸੀ, ਮਤਲਬ ਇਹਨਾਂ ਨੂੰ ਸੀ, ਇਹਨਾਂ ਦਾ ਹੰਕਾਰ ਮੈਂ ਪਹਿਲੀ ਵਾਰ ਤੋਂ ਵੇਖ ਲਿਆ ਸੀਗਾ, ਇਹ ਐਂ ਠੰਡਾ ਹੋਣਾ ਸੀ, ਇਹਨਾਂ ਦੀ ਪੁਲਿਸ ਕੰਪਲੇਂਟ ਹੋ ਚੁੱਕੀ ਹੈ, ਪਾਸਪੋਰਟ ਪੁਲਿਸ ਦੇ ਕੋਲ ਜਾਊਗਾ, ਬਕਾਇਦਾ ਕੇਸ ਦਰਜ ਹੋਊਗਾ ਇਹਨਾਂ ਤੇ ਅਦਾਲਤ ਦੇ ਵਿੱਚ, ਚਲੋ ਜੋ ਅਦਾਲਤ ਨਿਬੇੜੂਗੀ ਵੇਖੀ ਜਾਊਗੀ। ਫੈਸਲਾ ਹੋ ਗਿਆ, ਜਿਹੜਾ ਪਾਸਪੋਰਟ ਆ ਉਹ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਕਿਉਂਕਿ ਮਾਮਲਾ ਹਾਈਕੋਰਟ ਤੱਕ ਆ ਜਿਹੜਾ ਇਹ ਜਾਊਗਾ, ਹਾਈਕੋਰਟ ਤੱਕ ਆ ਜਿਹੜਾ ਉਹ ਫੈਸਲਾ, ਕੁੜੀ ਦੇ ਪਿਓ ਨੂੰ ਜਿਹੜਾ ਪੁਲਿਸ ਨੇ, ਇੱਕ ਮਿੰਟ ਪੁੱਛਿਆ ਜਾਊਗਾ ਸਰ ਕਿਹੜੇ ਆਧਾਰ ਤੇ ਇਹਨਾਂ ਨੇ ਕੀ ਗੱਲ ਹੋਈ ਆ ਹੁਣ? ਇਹੀ ਹੈ ਕਾਨੂੰਨ ਦੇ ਪਾਵਾਂ ਨਹੀਂ, ਕਾਨੂੰਨੀ ਕਾਰਵਾਈ ਹੋਊਗੀ ਜੇ ਗੁਨਾਹਗਾਰ ਹੈ, ਹਜੇ ਤੱਕ ਜਾ ਕੇ ਥਾਣੇ ਦਰਬਾਰੀ ਦੇ ਥੜੇ ਨੀ ਚੜੇ, ਕਿਉਂ? ਕਿਉਂਕਿ ਅਸੀਂ ਏਦਾਂ ਆਖਿਆ ਵੀ ਚਲੋ ਕੋਈ ਗੱਲ ਨੀ, ਘਰ ਦਾ ਠੀਕ ਹੈਗਾ ਫੈਸਲਾ ਤੇ ਘਰ ਦਾ ਜਾਂ ਘਰੇ ਨਿਬੜ ਜੂਗਾ, ਪਰ ਇਹ ਤਾਂ ਥਾਣੇ ਜਾ ਕੇ ਸਾਡੇ ਦੀ ਪਾਣੀ ਸਿਰ ਤੋਂ ਟੱਪਿਆ ਹੋਇਆ ਸੀਗਾ, ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਹੋ ਗਈਆਂ, ਮਾਤਾ ਜੀ ਕੀ ਕਹਿਣਾ ਹੁਣ ਤੁਸੀਂ? ਇੱਕ ਮਿੰਟ ਜੀ, ਬਸ ਫੈਸਲਾ ਹੁਣ ਆਪਾਂ ਕਰ ਦਿੰਦੇ, ਪਾਸਪੋਰਟ ਇਹਨਾਂ ਨੂੰ ਦੇ ਦੇਣਾ, ਬਿਲਕੁਲ ਜੀ ਦਿਓ, ਲਓ ਪਾਸਪੋਰਟ ਆ ਜਿਹੜਾ ਪੁਲਿਸ ਨੂੰ ਫੜਾ ਦਿੱਤਾ ਗਿਆ, ਉਹਦੇ ਫਾਦਰ ਸਾਹਿਬ ਨੂੰ ਜਿਹੜਾ ਲੈ ਕੇ ਜਾ ਰਿਹਾ, ਇਹ ਮਾਮਲਾ ਜਿਹੜਾ ਹੈਗਾ ਤੁਹਾਨੂੰ ਪਤਾ ਤੁਹਾਡੇ ਸਾਹਮਣੇ, ਉਹ ਇੱਥੇ ਆ ਕੇ ਨਿਬੜਨਾ ਸੀ, ਪਾਸਪੋਰਟ ਜਿਹੜੇ ਇਹਨਾਂ ਨੇ ਕਾਨੂੰਨੀ ਪ੍ਰਕਿਰਿਆ ਦੀ ਇਹਨਾਂ ਨੇ ਗੱਲ ਕੀਤੀ ਸੀ, ਪਰ ਇਹਨਾਂ ਨੇ ਪਹਿਲਾਂ ਹੀ ਇਹ ਚੀਜ਼ ਮਿਥਲੀ ਸੀ ਵੀ ਆਖਰ ਜੇ ਪੁਲਿਸ ਕੋਲ ਜਾਣਾ ਤੇ ਪਾਸਪੋਰਟ ਉੱਥੇ, ਹੁਣ ਜਿੰਨਾ ਚਿਰ ਕੇਸ ਚੱਲੂ ਮੈਨੂੰ, ਮੇਰੇ ਕੋਲ ਵੀਰ ਖੜਾ ਇਮੀਗ੍ਰੇਸ਼ਨ ਵਾਲਾ, ਮੈਂ ਇਹਨਾਂ ਨੂੰ ਪੁੱਛਣਾ, ਥਾਣੇ ਜਹਾਜ਼ ਚੜੂ ਇਹਨਾਂ ਦਾ, ਜਿੰਨਾ ਚਿਰ ਇਹ ਲੱਗਦਾ ਪਾਸਪੋਰਟ ਇਹਨਾਂ ਕੋਲ ਰਹਿਣਾ, ਕਾਨੂੰਨੀ ਕਾਰਵਾਈ ਹੁਣ ਨਹੀਂ ਚੜ ਸਕਦੀ ਜਹਾਜ਼ ਕੁੜੀ ਹੈ ਜੀ? ਨਹੀਂ ਜੀ, ਬਿਲਕੁਲ ਨਹੀਂ ਜਾ ਸਕਦੀ ਜੀ, ਬਿਲਕੁਲ ਇਹ ਚੀਜ਼ ਆ ਜਿਹੜੀ ਇੱਥੇ ਤੁਹਾਡੇ ਸਾਹਮਣੇ ਵੇਖਣ ਨੂੰ ਮਿਲੇ, ਕੀ ਕਹੋਗੇ ਹੁਣ ਤੁਸੀਂ? ਕੋਈ ਨਹੀਂ, ਲੈ ਲਾਂਗੇ ਪਾਸਪੋਰਟ ਵੀ, ਲੈ ਲਾਂਗੇ, ਲੈ ਲਓਗੇ ਪਾਸਪੋਰਟ ਕਰਕੇ ਵੀ, ਲੈ ਲਾਂਗੇ, ਕੋਈ ਨਹੀਂ, ਕਲੀਅਰ ਕਰ ਦਿਆਂ ਕਿ ਸਰਪੰਚ ਸਾਹਿਬ ਨੇ ਕਿਹਾ ਕਿ ਅਸੀਂ SSP ਸਾਹਿਬ ਦੇ ਐਪਲੀਕੇਸ਼ਨ ਦੇ ਲਾਂਗੇ, ਸਰਪੰਚ ਸਾਹਿਬ
ਕੱਚੀਆਂ ਗੋਲੀਆਂ ਨਹੀਂ ਖੇਡੇ ਹੋਏ ਐਸਐਸਪੀ ਸਾਹਿਬ ਦੇ ਪੀਸੀ ਦਰਖਾਸਤ ਦਿੱਤੀ ਹੋਈ ਹੈ ਮੈਂ ਦਵਾਈ ਹੋਈ ਇਹਨਾਂ ਤੋਂ ਠੀਕ ਹੈ ਕੋਈ ਗੱਲ ਨਹੀਂ ਪਾਸਪੋਰਟ ਦਾ ਹੁਣ ਤਾਂ ਨਿਬੜ ਗਿਆ ਆਪਣਾ ਤਾਂ ਰੌਲਾ ਹੀ ਨਹੀਂ ਰਿਹਾ ਸਰ ਥਾਣੇ ਦਾ ਕੰਮ ਨਹੀਂ ਕੀਤਾ ਆਪਣਾ ਤਾਂ ਰੌਲਾ ਹੀ ਨਹੀਂ ਰਿਹਾ ਪੰਚਾਇਤਾਂ ਦਾ ਰੌਲਾ ਨਹੀਂ ਰਹਿ ਗਿਆ ਸਾਡਾ ਰੌਲਾ ਹੀ ਨਹੀਂ ਰਿਹਾ ਜੀ ਦਰਖਾਸਤ ਹੈ ਕੋਈ ਇੱਕ ਮਿੰਟ ਸਰਪੰਚਾਂ ਦਾ ਕੋਈ ਇੱਥੇ ਹੁਣ ਰੌਲਾ ਨਹੀਂ ਰਿਹਾ ਪੰਚਾਇਤ ਦਾ ਇਸ ਵਿੱਚੋਂ ਬਿਲਕੁਲ ਬਾਈਕਾਟ ਹੋ ਗਿਆ ਮੁੰਡਿਆਂ ਦੇ ਪਰਿਵਾਰ ਨੇ ਐਸਐਸਪੀ ਦੇ ਜਿਹੜੀ ਦਰਖਾਸਤ ਦਿੱਤੀ ਆ ਪੁਲਿਸ ਆਈ ਆ ਥਾਣੇ ਦੇ ਵਿੱਚ ਉਹਦੇ ਪਿਓ ਨੂੰ ਆ ਜਿਹੜਾ ਕੁੜੀ ਦੇ ਨੂੰ ਲੈ ਕੇ ਜਾ ਰਹੀ ਆ ਹੁਣ ਇਹ ਕੋਰਟ ਦੇ ਵਿੱਚ ਫੈਸਲਾ ਜਿੰਨਾ ਚਿਰ ਕੋਰਟ ਦੇ ਕੋਲ ਕੁੜੀ ਦਾ ਪਾਸਪੋਰਟ ਰਹੂ ਕੁੜੀ ਬਾਹਰ ਨਹੀਂ ਜਾ ਸਕਦੀ ਫੈਸਲਾ ਹੋਊਗਾ ਅਦਾਲਤਾਂ ਦੇ ਥਰੂ ਚੱਲਿਆ ਗਿਆ ਤੁਹਾਨੂੰ ਪਤਾ ਹੈ ਜੀ ਹੁਣ ਉੱਥੇ ਉਹ ਗੱਲ ਹੋ ਗਈ ਜਿਵੇਂ ਤੁਸੀਂ ਕਹਿੰਦੇ ਸੀ ਵੀ ਪਾਸਪੋਰਟ ਨਹੀਂ ਦੇਣਾ ਇਹ ਗੇਮ ਆ ਹੁਣ ਅੱਗੇ ਚੱਲੂਗੀ ਕਿੰਨਾ ਚਿਰ ਕੇਸ ਚੱਲਦਾ ਵਾਕਈ ਕੁੜੀ ਇੱਥੇ ਗੋਹਾ ਕੋੜਾ ਸਿੱਟਣ ਜੋਗੀ ਰਹੇਗੀ ਪਰ ਮੈਂ ਇਹ ਕਹਿੰਦਾ ਬੇਸ਼ੱਕ ਇਹਨੂੰ ਸੌਦੇਬਾਜ਼ੀ ਸਮਝ ਲਓ ਪਰਿਵਾਰ ਦੇ ਰਿਸ਼ਤੇ ਸਮਝ ਲਓ ਜਦੋਂ ਕਿਸੇ ਨਾਲ ਜੁੜਦਾ ਬੇਸ਼ੱਕ ਇਹ ਕਰ ਸਕਦੇ ਸੀ ਕੁੜੀ ਵਾਲੇ ਜਿਵੇਂ ਵੀਰ ਨੇ ਦੱਸਿਆ ਕੁੜੀ ਬੇਸ਼ੱਕ ਮੁੰਡੇ ਨੂੰ ਲੈ ਜਾਂਦੀ ਉੱਥੇ ਜਾ ਕੇ ਕਹਿ ਦਿੰਦੀ ਵੀ ਮੈਂ ਤਲਾਕ ਲੈਣਾ ਮੈਂ ਨਹੀਂ ਤਰਨਾ ਰਹਿਣਾ ਕਮ ਸੇ ਕਮ ਇਹਨਾਂ ਦਾ ਮੁੰਡਾ ਟਿਕਾਣੇ ਲੱਗ ਜਾਂਦਾ ਦੋਨਾਂ ਪਰਿਵਾਰਾਂ ਦੀ ਕਿਤੇ ਨਾ ਕਿਤੇ ਗਲਤੀ ਰਹੀ ਆ 3 ਕਿਲੋਮੀਟਰ ਦੇ ਏਰੀਏ 'ਚ ਸੀਗੇ ਰਿਸ਼ਤਾ ਜੁੜਿਆ ਪਤਾ ਕੀਤਾ ਨਹੀਂ ਇਹਨਾਂ ਨੇ ਵੀ ਕਾਲ ਕੀਤੀ ਅਤੇ ਉਹਨਾਂ ਦੇ ਮਨ ਦੀ ਕੁਛ ਮਨਸ਼ਾ ਹੋਰ ਸੀਗੀ ਹੁਣ ਦੋਨੇ ਪਰਿਵਾਰ ਇੱਥੋਂ ਦੇ ਇੱਥੇ ਕਿਉਂਕਿ ਜਿੰਨਾ ਚਿਰ ਇਹ ਝਗੜਨਗੇ ਮੁੰਡਾ ਵੀ ਨਹੀਂ ਜਾ ਸਕਦਾ ਅਤੇ ਜਿੰਨਾ ਚਿਰ ਇੱਧਰ ਚੱਲੂ ਅਤੇ ਇਹ ਵੀ ਨਹੀਂ ਜਾ ਸਕਦਾ ਸਾਲ ਇੱਥੇ ਡੰਡੌਤ ਕਰਨਗੇ ਇਸ ਤਰੀਕੇ ਦੇ ਨਾਲ ਜਿਹੜਾ ਫੈਸਲਾ ਇਹ ਰਹਿ ਗਿਆ ਵੀ ਹੁਣ ਕੋਰਟ ਦੇ ਵਿੱਚ ਇਹ ਗੇਮ ਚਲੀ ਗਈ ਆ ਦੋਨੇ ਪਰਿਵਾਰ ਇੱਥੋਂ ਦੇ ਇੱਥੋਂ ਜੋਗੇ ਜਿਹੜੇ ਰਹਿ ਗਏ ਆ ਦੋਨੇ ਪਰਿਵਾਰ ਮਿੱਟੀ ਹੋ ਗਏ ਮੈਂ ਤਾਂ ਇਹੀ ਗੱਲ ਕਹੂੰਗਾ ਮੁੰਡੇ ਦਾ ਪਰਿਵਾਰ ਵੀ ਮਿੱਟੀ ਹੋ ਗਿਆ ਅਤੇ ਕੁੜੀ ਦਾ ਪਰਿਵਾਰ ਵੀ ਜੇ ਕਿਤੇ ਸਹਿਮਤੀ ਨਾਲ ਕੰਮ ਚੱਲਦਾ ਤੇ ਇੱਥੇ ਜਿਹੜਾ ਦੇਖੋ ਜੀ 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 ਹਾਂਜੀ ਸਰ ਚੱਲ ਕੁੜੀ ਕਾਨੂੰਨੀ ਕਾਰਵਾਈ ਹੋਊਗੀ ਚਲੋ ਅੰਕਲ ਜਾਣੇ ਆ ਲਓ ਜੀ ਲਿਜਾਇਆ ਜਾ ਰਿਹਾ ਜਿਹੜਾ ਲੈ ਗਏ ਤੁਸੀਂ ਵੇਖਿਆ ਲੈ ਗਏ ਨੇ ਜਿਹੜੇ ਪੁਲਿਸ ਆ ਕੁੜੀ ਦੇ ਪਿਓ ਨੂੰ ਲੈ ਗਏ ਨੇ ਪੰਚਾਇਤ ਨਾਲ ਆਏ ਸੀ ਸਰਪੰਚ ਸਾਹਿਬ ਰਹਿ ਗਏ ਸਰਪੰਚ ਸਾਹਿਬ ਹੁਣ ਉੱਥੇ ਫੈਸਲਾ ਹੋਣਾ ਸਰ ਹਾਂਜੀ ਹਾਂਜੀ ਕੋਈ ਨਹੀਂ ਕੋਈ ਨਹੀਂ ਹੁਣ ਜਿਹੜਾ ਕੁਛ ਹੋਣਾ ਸੀ ਹੋ ਗਿਆ ਹੁਣ ਤਾਂ ਜੀ ਉੱਥੇ ਅਦਾਲਤ ਰਾਹੀਂ ਫੈਸਲਾ ਹੋਊਗਾ ਜੀ ਫੈਸਲਾ ਜਿਹੜਾ ਹੁਣ ਉੱਥੇ ਹੋਣਾ ਸਾਰੀ ਆਪਾਂ ਪ੍ਰਕਿਰਿਆ ਇਮੀਗ੍ਰੇਸ਼ਨ ਤੋਂ ਵੀ ਜਿਹੜੀ ਉਹ ਪੁੱਛ ਲਈ ਆ ਠੀਕ ਆ ਫੈਸਲਾ ਪਰ ਪਰਿਵਾਰਾਂ ਦੀ ਦੋਨਾਂ ਦੀ ਗਲਤੀ ਕਾਰਨ ਸਾਰਾ ਕੁਛ ਮਿੱਟੀ ਹੋ ਗਿਆ ਹੁਣ ਅੱਗੇ ਕੋਰਟ 5 ਸਾਲਾਂ ਨੂੰ 10 ਸਾਲਾਂ ਨੂੰ 2 ਸਾਲਾਂ ਨੂੰ ਭਲਾ ਮਹੀਨੇ ਨੂੰ ਕਦੋਂ ਕੋਈ ਫੈਸਲਾ ਕਰਦਾ ਉਹ ਕੰਮ ਉਹਨਾਂ ਦਾ ਉਹਨਾਂ 'ਤੇ ਰਹਿ ਗਿਆ ਕਹਿਣਾ ਕੁਛ ਪੁਲਿਸ ਦੇ ਪੱਟੇ ਤਾਂ ਸਾਨੂੰ ਪਵਾਉਣ ਤੱਕ ਲੈ ਗਏ ਤੁਸੀਂ ਹਾਰ ਕਿਹੜੀ ਖੁਸ਼ੀ ਚੱਕਿਆ ਹੁਣ ਹਾਰ ਇਹ ਸਰਪੰਚ ਸਾਹਿਬ ਦੇ ਹੱਥ 'ਚ ਹਾਰ ਵੀ ਆ ਇਹ ਚੀਜ਼ ਹਾਂਜੀ ਜਿਹੜੇ ਹਾਰ ਪਾਉਣ ਦੇ ਇਹ ਲਾਇਕ ਸੀ ਨਾ ਉਹ ਤਾਂ ਹਾਰ ਇਹਨੂੰ ਪੈ ਗਏ ਜੀ ਪਰ ਮਿੱਤਰਾ ਤੂੰ ਬੜਾ ਵਧੀਆ ਕੰਮ ਕੀਤਾ ਪਹਿਲੇ ਦਿਨ ਤੋਂ ਲੈ ਕੇ ਨਹੀਂ ਵੇਖੋ ਅਸੀਂ ਤਾਂ ਸਾਡਾ ਫਰਜ਼ ਹੈ ਅਸੀਂ ਪੱਖਪਾਤ ਨਹੀਂ ਕਰਦੇ ਮੈਂ ਦੇਖੋ ਮੈਂ ਵੀ ਤੁਸੀਂ ਪੱਖਪਾਤ ਨਹੀਂ ਕਰਦੇ ਪਰ ਅੱਜ ਕੱਲ੍ਹ ਕੀ ਹੈ ਕਿ ਅੱਜ ਕੱਲ੍ਹ ਜ਼ਿਆਦਾਤਰ ਸਾਰੇ ਨਹੀਂ ਕਹਿ ਰਿਹਾ ਮੈਂ ਜ਼ਿਆਦਾਤਰ ਉਹ ਲੋਕ ਬੈਠੇ ਆ ਚੈਨਲ ਬਣਾ ਕੇ ਮੀਡੀਆ ਦੇ ਵਿੱਚ ਉਹ ਲੋਕ ਵਿਚਰ ਰਹੇ ਆ ਮੈਕ ਚੱਕ ਕੇ ਕੈਮਰੇ ਲੈ ਕੇ ਕਿ ਜਿਹੜੇ ਕਹਿੰਦੇ ਵੀ ਜਦੋਂ ਆਪਾਂ ਨੂੰ ਜਿਹੜੇ ਪਾਸੋਂ 10-20 ਹਜ਼ਾਰ 50 ਹਜ਼ਾਰ ਜਿਹੋ ਜਿਹਾ ਕੇਸ ਆ ਜਿੰਨਾ ਕੁ ਝੜਿਆ ਲੈ ਲਾਂਗੇ ਪਰ ਤੂੰ ਸ਼ੇਰਾਂ ਵਾਲਾ ਕੰਮ ਕੀਤਾ ਇਹ ਸਨਮਾਨ ਤੇਰੇ ਵਾਸਤੇ ਹੈ ਦੇਖੋ ਆ ਵੇਖੋ ਮੈਂ ਕਿਹਾ ਸੀ ਨਾ ਰਲਿਆ ਪੱਤਰਕਾਰੀ ਨਾ ਅਸੀਂ ਰਾਜ ਵਾਲਾ ਕੰਮ ਕਿਤੇ ਨਹੀਂ ਕੀਤਾ ਤੁਸੀਂ ਕੁੜੀ ਨੂੰ ਉਹੀ ਤਾਂ ਮੈਂ ਕਹਿਣ ਲੱਗੇ ਜੀ ਤੇਰੀ ਜਵਾਨ ਨੇ ਇਥੋਂ ਤੱਕ ਗੱਲ ਬਚਾਈ ਹੈ ਬਸ ਆ ਗੱਲ ਸਰਪੰਚ ਨੇ ਬਿਲਕੁਲ ਸਹੀ ਕਰੀ ਆ ਸਾਡਾ ਹੋ ਜਾਣਾ ਸੀਗਾ ਇੱਥੇ ਹੋ ਜਾਣਾ ਸੀ ਕਲੀਅਰ ਗੱਲ ਹੋ ਜਾਣੀ ਸੀ ਪਰ ਇਹ ਜਵਾਨ ਨੇ ਵਾਕਈ 6 ਫੁੱਟ ਦਾ ਕੱਦ ਆ 6 ਫੁੱਟ ਦੀ ਜਵਾਨ ਨੇ ਬਰਬਾਦ ਕਰਕੇ ਰੱਖ ਤੇ ਦੋ ਨਾਲੇ ਸਰਪੰਚ ਸਾਹਿਬ ਜਿੰਨਾ ਇਸ ਪਰਿਵਾਰ ਨੇ ਇਸ ਪਰਿਵਾਰ ਦਾ ਲਹੂ ਪੀਤਾ ਨਾ ਇਹਨਾਂ ਦੀ ਅੱਖਾਂ ਸਾਹਮਣੇ ਸਾਰਾ ਕੁਝ ਹੋਗਾ ਆ ਲਓ ਸਭ ਤੋਂ ਪਹਿਲਾਂ ਮੁੰਡੇ ਦੀ ਮਾਂ ਪੱਤਰਕਾਰ ਨੂੰ ਸਨਮਾਨਿਤ ਕਰੂਗੀ ਮੈਂ ਖੁਦ ਮੌਜੂਦਾ ਸਰਪੰਚ ਕਰੂੰਗਾ ਠੀਕ ਹੈ ਤੁਹਾਡੇ ਸਾਹਮਣੇ ਜਿਹੜੇ ਇਹ ਨਾਲੇ ਇੱਕ ਨਹੀਂ ਮੈਂ 2 ਵਾਰਾਂ ਨਾਲ ਸਨਮਾਨ ਕਰੂੰਗਾ ਕਿਉਂਕਿ ਪਰ ਮੈਂ ਕਹਿੰਦਾ ਵੀ ਅਸਲ ਦੇ ਵਿੱਚ ਜੋ ਚੀਜ਼ ਤੁਸੀਂ ਵਿਖਾਉਣੇ ਆ ਉਹਨੂੰ ਸੱਚ ਵਿਖਾਇਆ ਕਰੋ ਪੱਖਪਾਤ ਨਹੀਂ ਪਰ ਇੱਕ ਗੱਲ ਜ਼ਰੂਰ ਕਹੂੰਗਾ ਵੀ ਦੋਨੇ ਪਰਿਵਾਰ ਮਿੱਟੀ ਹੋਏ ਆ ਦੇਖਣਾ ਦੋਨਾਂ ਨੂੰ ਚਾਹੀਦਾ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਇਹ ਚੀਜ਼ ਜ਼ਰੂਰ ਮੋਹਣੇ ਰੱਖਦੀ ਆ ਜ਼ਰੂਰ ਜਿਹੜਾ ਵੇਖਣਾ ਵਾਕਈ ਮੀਡੀਆ ਨਵਾਜ਼ ਜੀ ਜੀ ਤੁਹਾਡੇ ਵਰਗਾ ਨਿਰਪੱਖ ਰੋਲ ਹੋਣਾ ਚਾਹੀਦਾ ਮੈਂ ਕੋਸ਼ਿਸ਼ ਸਾਡੀ ਇਹੀ ਹੁੰਦੀ ਆ ਵੀ ਅਸੀਂ ਚੀਜ਼ ਸੱਚ ਵਿਖਾਈਏ ਲੋ ਇੱਥੇ ਜਿਹੜਾ ਫੈਸਲਾ ਆਖਰਕਾਰ ਕੋਰਟ ਦੇ ਵਿੱਚ ਚਲਾ ਗਿਆ ਹੁਣ 2 ਸਾਲ 4 ਸਾਲ ਤੁਸੀਂ ਇੱਥੇ ਖੜੇ ਕੀ ਕਰਦੇ ਹੋ ਹੁਣ ਵੇਟ ਕਰਾਂਗੇ ਵੀ ਮੂੰਹ ਵੀ ਮਿੱਠਾ ਕਰਾਉਣਗੇ ਚੱਲੋ ਚੱਲੀਏ ਆਪਾਂ ਅੰਕਲ ਲੈ ਜਾ ਮੈਨੂੰ ਜਿੱਥੇ ਮਰਜ਼ੀ ਹੁਣ ਤਾਂ ਮੈਂ ਘਰੇ ਜਾਣ ਜੋਗਾ ਵੀ ਨਹੀਂ ਰਿਹਾ ਲਓ ਹਾਲਾਤ ਇਹ ਬਣ ਗਏ ਆ ਪਰ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ